ਕਬੀਰ ਐਸੀ ਹੋਏ ਪਰੀ ਮਨ ਕੋ ਪਾਵਤ ਕੀਨ ਮਰਨੇ ਤੇ ਕਿਆ ਡਰਪਨਾ ਜਬ ਹਾਥ ਸਿਧੌਰਾ ਲੀਨ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1368 ਅੰਗ ਦੇ ਉੱਪਰ 71 ਨੰਬਰ ਸ਼ਲੋਕ ਭਗਤ ਕਬੀਰ ਸਾਹਿਬ ਜੀ ਦਾ ਔਰ ਇਸ ਸ਼ਲੋਕ ਦੇ ਜੋ ਭਾਵ ਨੇ ਉਹ ਕਬੀਰ ਸਾਹਿਬ ਜੀ ਦੀ ਭਗਤੀ ਦੀ ਇਸ਼ਾਰੇ ਦੇ ਬਾਰੇ ਗੱਲ ਹੈ ਇਹਦੇ ਨਾਲ ਸਾਡਾ ਆਪਣਾ ਜੀਵਨ ਵੀ ਰਿਲੇਟ ਹੋ ਜਾਵੇਗਾ ਮੁੱਖ ਤੌਰ ਦੇ ਉੱਤੇ ਬੰਦਾ ਦੋ ਪਾਵਾਂ ਨੂੰ ਲੈ ਕੇ ਤੇ ਫਿਰ ਭਗਤੀ ਸ਼ੁਰੂ ਕਰਦਾ ਹੈ ਪਾਠ ਸ਼ੁਰੂ ਕਰਦਾ ਹੈ ਜਾਂ ਇਬਾਦਤ ਕਹਿ ਲਈਏ ਰੱਬ ਵਾਲੇ ਪਾਸੇ ਤੁਰਦਾ ਹੈ ਤੇ ਉਹਦੇ ਮਨ ਦੇ ਵਿੱਚ ਦੋ ਇਸ਼ਾਵਾਂ ਹੁੰਦੀਆਂ ਨੇ ਇੱਕ ਹੁੰਦੀ ਹੈ ਉਸ ਬੰਦੇ ਦੀ ਕੋਈ ਨਿੱਜੀ ਇਸ਼ਾ ਜਿਦੇ ਵਿੱਚ ਉਹਦੇ ਅਲੇ ਦੁਆਲੇ ਇੱਕ ਉਹਨੂੰ ਗੱਲ ਸਿਖਾਈ ਗਈ ਹੁੰਦੀ ਹੈ ਕਿ ਜੇਕਰ ਕਿਸੇ ਚੀਜ਼ ਦੀ ਜ਼ਰੂਰਤ ਹੈ ਜਾਂ ਮਨ ਚਾਹੁੰਦਾ ਹੈ ਕਿਸੇ ਚੀਜ਼ ਨੂੰ ਤੇ ਅਕਾਲ ਪੁਰਖ ਵਾਹਿਗੁਰੂ ਦੇ ਕੋਲੋਂ ਉਹ ਮੰਗ ਲੈਣੀ ਚਾਹੀਦੀ ਹੈ ਔਰ ਇਸ ਰੂਪ ਨੂੰ ਇਸ ਖਿਆਲ ਨੂੰ ਮੁੱਖ ਰੱਖਦੇ ਹੋਏ ਬਹੁਤ ਆਤਮਿਕ ਧਾਰਮਿਕ ਲੋਕ ਇਸੇ ਕੰਮ ਦੇ ਵਿੱਚ ਪ੍ਰਗਤੀ ਕਰਦੇ ਨੇ ਇਹ ਲੈਵਲ ਹੈ ਇੱਕ ਇਹਨੂੰ ਗੁਰਬਾਣੀ ਨੇ ਇਹ ਨਹੀਂ ਆਖਿਆ ਕਿ ਇਹ ਕਿਸੇ ਕੰਮ ਦੀ ਗੱਲ ਨਹੀਂ ਹੈ ਹਜ਼ੂਰ ਨੇ ਆਖਿਆ ਹੈ ਆਪਣੇ ਲੋਭ ਕਉ ਕੀਨੋ ਮੀਤ ਸਗਲ ਮਨੋਰਥ ਮੁਕਤ ਪਦ ਦੀਤ ਜੇ ਕਿਸੇ ਬੰਦੇ ਨੇ ਆਪਣੇ ਲਾਲਚ ਦੀ ਖਾਤਰ ਵੀ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਮਿੱਤਰ ਬਣਾਇਆ ਹੈ ਤੇ ਹੋ ਸਕਦਾ ਹੈ ਜਦੋਂ ਉਹ ਤੁਰਿਆ ਹੋਵੇ ਉਦੋਂ ਲਾਲਚ ਦੀ ਭਾਵਨਾ ਦੇ ਨਾਲ ਤੁਰਿਆ ਹੋਵੇ ਪਰ ਇਸ ਰਸਤੇ ਤੇ ਤੁਰਦਿਆਂ ਤੁਰਦਿਆਂ ਉਹਨੂੰ ਸਮਝ ਆ ਗਈ ਕਿ ਮੈਨੂੰ ਇਸ ਤਰੀਕੇ ਦੇ ਨਾਲ ਨਹੀਂ ਤੁਰਨਾ ਚਾਹੀਦਾ ਤੇ ਮਾਲਕ ਨੇ ਉਸ ਬੰਦੇ ਨੂੰ ਵੀ ਮੁਕਤੀ ਦਾ ਦਰਵਾਜ਼ਾ ਦੇ ਦਿੱਤਾ ਉਹਦੇ ਸ਼ੁਰੂ ਹੋਣ ਦੀ ਭਾਵਨਾ ਗਲਤ ਸੀ ਔਰ ਸ਼ੁਰੂ ਦੇ ਵਿੱਚ ਕੋਈ ਕਿਸੇ ਵੀ ਰੂਪ ਦੇ ਵਿੱਚ ਆਵੇ ਉਗੁਰੂ ਨਾਨਕ ਸਾਹਿਬ ਦੇ ਕਰਦੇ ਵਿੱਚ ਸਵੀਕਾਰ ਹੈ ਭਗਤੀ ਦੇ ਰਸਤੇ ਦੇ ਉੱਤੇ ਸਵੀਕਾਰ ਹੈ ਗੱਲ ਉੱਥੇ ਜਾ ਕੇ ਬਦਲਦੀ ਹੈ ਜਦੋਂ ساری ਜ਼ਿੰਦਗੀ ਬੰਦਾ ਉਸ ਰਸਤੇ ਦੇ ਉੱਤੇ ਹੀ ਅੜਿਆ ਰਹਿੰਦਾ ਹੈ ਕਿ ਬਸ ਚੀਜ਼ਾਂ ਦੇ ਬਦਲੇ ਦੇ ਵਿੱਚ ਭਗਤੀ ਕਰੀ ਜਾਣੀ ਜਾਂ ਇਥੋਂ ਤੱਕ ਖਿਆਲ ਆਸਾ ਦੀ ਵਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਚੰਗਾ ਚੰਗਾ ਕਰਮਨ ਨੇ ਮੰਦਾ ਮੰਦਾ ਹੋਏ ਆਸ਼ਕ ਇਹ ਨਾ ਆਖੀਏ ਜਿਵੇਂ ਲੇਖ ਹੈ ਵਰਤੈ ਸੋਏ ਇੱਕ ਉਹ ਹੈ ਜਿਹੜਾ ਹਿਸਾਬਾਂ ਕਿਤਾਬਾਂ ਦੇ ਵਿੱਚ ਵਰਤਦਾ ਹੈ ਚਾਹੇ ਉਹਦਾ ਗੁਰਦੁਆਰੇ ਦੇ ਨਾਲ ਸੰਬੰਧ ਕਹਿ ਲਈਏ ਚਾਹੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸੰਬੰਧ ਕਹਿ ਲਈਏ ਉਹ ਸੰਬੰਧ ਹਿਸਾਬਾਂ ਦੇ ਵਿੱਚ ਹੈ ਮੈਨੂੰ ਕੀ ਮਿਲਿਆ ਹੈ ਕੀ ਮੈਨੂੰ ਨਹੀਂ ਮਿਲਿਆ ਹੈ ਇਹ ਸਾਰਾ ਗਿਣਤੀਆਂ ਮਿੰਟੀਆਂ ਦੇ ਵਿੱਚ ਆ ਜਾਂਦਾ ਹੈ ਔਰ ਇਹ ਜਿੰਨਾ ਗਿਣਤੀਆਂ ਮਿੰਤੀਆਂ ਦੇ ਵਿੱਚ ਆਉਂਦਾ ਹੈ ਹਜ਼ੂਰ ਕਹਿੰਦੇ ਨੇ ਇਹਦੇ ਨਾਲ ਤੁਹਾਡੇ ਹਿਸਾਬ ਕਿਤਾਬ ਤੇ ਹੋ ਸਕਦੇ ਨੇ ਲੇਖੇ ਤੇ ਹੋ ਸਕਦੇ ਨੇ ਪਰ ਇਹਦੇ ਨਾਲ ਪਿਆਰ ਨਹੀਂ ਕਦੀ ਪੈਦਾ ਹੁੰਦਾ ਜਿੱਥੇ ਹਿਸਾਬ ਕਿਤਾਬ ਆ ਜਾਂਦਾ ਹੈ ਉੱਥੇ ਫਿਰ ਪਿਆਰ ਵਾਲੀ ਗੱਲ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਹਿਸਾਬ ਚ ਘਾਟਾ ਪਿਆਰ ਨਹੀਂ ਤੇ ਬੰਦੇ ਦਾ ਸਾਰਾ ਕੁਝ ਹੀ ਖਤਮ ਤੇ ਬਿਜ਼ਨਸ ਚੱਲਦਾ ਪੈਂਦਾ ਫਿਰ ਇੱਕ ਰਸਤਾ ਇਹ ਹੈ ਜਿਦੇ ਵਿੱਚ ਬੰਦਾ ਹਿਸਾਬੀ ਕਿਤਾਬੀ ਹੋ ਕੇ ਵਿਚਰਦਾ ਹੈ ਕਿ ਉਹਨੂੰ ਲੱਗਦਾ ਕਿ ਬਾਹਰਲੀਆਂ ਚੀਜ਼ਾਂ ਦੇ ਵਿੱਚ ਇਦਾਂ ਉਸੇ ਵੇਲੇ ਪ੍ਰੋਫਿਟ ਹੋ ਜਾਂਦਾ ਹੈ ਮਾਲਕ ਦੇ ਰਸਤੇ ਦੇ ਉੱਤੇ ਵੀ ਸ਼ਾਇਦ ਇਦਾਂ ਹੀ ਕਿਤੇ ਪ੍ਰੋਫਿਟ ਹੁੰਦਾ ਹੋਵੇਗਾ ਔਰ ਇਨਾਂ ਕਸੀ ਸਮਝਣ ਦੀ ਕੋਸ਼ਿਸ਼ ਕੀਤੀ ਸ਼ੁਰੂ ਦੇ ਵਿੱਚ ਇਹ ਸਾਰਾ ਕੁਝ ਠੀਕ ਹੁੰਦਾ ਹੈ ਜਾਇਦ ਹੈ ਮਾਲਕ ਨੇ ਮੰਨਿਆ ਹੈ ਇਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਪਰ ਇਹਦੇ ਤੋਂ ਅਗਲੀ ਗੱਲ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਵਿਰਲੇ ਬੰਦੇ ਇਸ ਭਗਤੀ ਦੇ ਰਸਤੇ ਦੇ ਉੱਤੇ ਬੰਦਗੀ ਦੇ ਰਸਤੇ ਦੇ ਉੱਤੇ ਇਸ ਕਰਕੇ ਤੁਰਦੇ ਨੇ ਕਿ ਸਾਨੂੰ ਅਕਾਲ ਪੁਰਖ ਵਾਹਿਗੁਰੂ ਦੇ ਬਾਰੇ ਕੁਝ ਸਮਝ ਆ ਜਾਵੇ ਕੁਝ ਉਹ ਸਾਡੇ ਦਿਲ ਦੇ ਵਿੱਚ ਆ ਕੇ ਪ੍ਰਗਟ ਹੋ ਜਾਵੇ ਬਹੁਤ ਵਿਰਲੇ ਬਹੁਤਾਤ ਦਾ ਸਬੰਧ ਇਸੇ ਚੀਜ਼ ਦੇ ਨਾਲ ਹੈ ਉਹਦੇ ਪਾਠ ਉਹਨਾਂ ਪਾਠਾਂ ਦੇ ਪਿੱਛੇ ਮਕਸਦ ਰੱਬ ਨਹੀਂ ਹੈ ਉਹਨਾਂ ਪਾਠਾਂ ਦੇ ਪਿੱਛੇ ਮਕਸਦ ਮੇਰਾ ਆਪਣਾ ਕੁਝ ਮਨੋਰਥ ਹੋ ਸਕਦਾ ਹੈ ਕੁਝ ਸਵਾਰਥ ਹੋ ਸਕਦਾ ਹੈ ਤੇ ਮੈਂ ਉਹਨੂੰ ਪਾਠਾਂ ਦੇ ਰਾਹੀਂ ਹੱਲ ਕਰਨਾ ਚਾਹੁੰਦਾ ਹਾਂ ਇਸੇ ਕਰਕੇ ਮਸਕੀਨ ਸਾਹਿਬ ਜੀ ਦੀ ਇੱਕ ਕਥਾ ਹੈ ਉਹ ਕਹਿੰਦੇ ਹੁੰਦੇ ਨੇ ਕਿ ਮਨ ਰੱਬ ਨੂੰ ਮੰਨਦਾ ਨਹੀਂ ਹੈ ਮਨ ਬਸ ਰੱਬ ਦੇ ਕੋਲੋਂ ਮੰਗਦਾ ਹੈ ਜੇ ਉਹਦੀ ਮੰਗ ਕਿਸੇ ਹੋਰ ਪਾਸੇ ਤੋਂ ਪੂਰੀ ਹੋਣ ਲੱਗ ਪਵੇ ਮਨ ਸੋਚਦਾ ਮੈਨੂੰ ਕੀ ਜ਼ਰੂਰਤ ਹੈ ਰੱਬ ਦੀ ਮਨ ਮੰਨਦਾ ਨਹੀਂ ਹੈ ਮੰਗਦਾ ਹੈ ਸਿਰਫ ਔਰ ਜਿੱਥੋਂ-ਜਿੱਥੋਂ ਮਨ ਦੀ ਮੰਗ ਪੂਰੀ ਹੋਣ ਲੱਗ ਪੈਂਦੀ ਹੈ ਮਨ ਉੱਥੇ ਜੁੜ ਜਾਂਦਾ ਹੈ ਸਾਨੂੰ ਇੰਜ ਲੱਗਦਾ ਉਹ ਬੰਦਾ ਪਾਠ ਨਹੀਂ ਕਰਦਾ ਆਹ ਬੰਦਾ ਜੁੜਦਾ ਨਹੀਂ ਹੈ ਕਿਉਂ ਜੁੜੇਗਾ ਉਹਨੂੰ ਜੋ ਉਹ ਮੰਗਦਾ ਹੈ ਉਹਨੂੰ ਉਥੋਂ-ਉਥੋਂ ਮਿਲੀ ਜਾਂਦਾ ਹੈ ਇਸ ਕਰਕੇ ਜ਼ਰੂਰਤ ਹੀ ਨਹੀਂ ਸਮਝਦਾ ਉਹ ਬਹੁਤ ਵਿਰਲੇ ਹੋਣਗੇ ਜਿਹੜੇ ਭਗਤੀ ਦੇ ਰਸਤੇ ਦੇ ਉੱਤੇ ਤੁਰਦੇ ਨੇ ਤੇ ਆਪਣੀ ਮਨਮਰਜ਼ੀ ਦੇ ਨਾਲ ਤੁਰਦੇ ਨੇ ਇਹ ਬੜੀ ਦਲੇਰੀ ਵਾਲੀ ਗੱਲ ਬਾਬਾ ਕਬੀਰ ਸਾਹਿਬ ਨੇ ਸਾਡੇ ਸਾਹਮਣੇ ਰੱਖ ਦਿੱਤੀ ਹੈ ਇਹਨੂੰ ਹਜ਼ੂਰ ਵੀ ਆਖਦੇ ਹੁੰਦੇ ਨੇ ਕਈਆਂ ਨੂੰ ਉਹਨਾਂ ਦਾ ਡਰ ਕਈਆਂ ਨੂੰ ਉਹਨਾਂ ਦੇ ਮਨ ਦੀ वेदना ਇਹੀ ਭਗਤੀ ਕਰਾਈ ਦਿੰਦੀ ਹੈ ਬਹੁਤਾ ਉਹਨਾਂ ਨੂੰ ਭਗਤੀ ਦੇ ਨਾਲ ਕੋਈ ਸਰੋਕਾਰ ਨਹੀਂ ਹੁੰਦਾ ਕੋਈ ਬਹੁਤਾ ਮਤਲਬ ਨਹੀਂ ਹੁੰਦਾ ਇਨਾਂ ਚੀਜ਼ਾਂ ਤੋਂ ਛੁੱਟ ਕੇ ਜਿਹੜਾ ਬੰਦਾ ਥੋੜੇ ਚਿਰ ਲਈ ਵੀ ਭਗਤੀ ਕਰ ਲੈਂਦਾ ਹੈ ਜਿਸ ਨੂੰ ਪਾਤਸ਼ਾਹ ਨੇ ਆਖਿਆ ਸੀ ਨਿਰਵਾਣ ਕੀਰਤਨ ਗਾਵੋ ਕਰਤੇ ਕ ਹਰ ਪਾਠ ਦੇ ਪਿੱਛੇ ਦੂਜਿਆਂ ਦਾ ਤੇ ਪਤਾ ਨਹੀਂ ਜਿਵੇਂ ਆਪਣੀ ਗੱਲ ਕਰਾਂ ਤੇ ਹਰ ਪਾਠ ਦੇ ਪਿੱਛੇ ਇੱਕ ਇਸ਼ਾ ਉਸੇ ਵੇਲੇ ਜਨਮ ਲੈ ਲੈਂਦੀ ਆਉਂਦਾ ਹੈ ਮਨ ਦੇ ਵਿੱਚ ਹਰ ਸੇਵਾ ਦੇ ਪਿੱਛੇ ਇੱਕ ਇੱਛਾ ਜਨਮ ਲੈ ਲੈਂਦੀ ਹੈ ਔਰ ਮਨ ਕਿਤੇ ਨਾ ਕਿਤੇ ਇਹ ਸੋਚਦਾ ਹੈ ਜਿਹੜੇ ਨਹੀਂ ਕਰਦੇ ਪਏ ਸੇਵਾ ਮੈਂ ਤੇ ਕਰਦਾ ਪਿਆ ਹਾਂ ਇਸ ਕਰਕੇ ਮੇਰਾ ਹੱਕ ਬਣਦਾ ਪਿਆ ਹੈ ਕਿ ਮੈਨੂੰ ਇਹ ਚੀਜ਼ ਮਿਲਣੀ ਚਾਹੀਦੀ ਹੈ। ਔਰ ਜਿੰਨੀ-ਜਿੰਨੀ ਮੇਰੀ ਮਿਹਨਤ ਵਜਦੀ ਜਾਂਦੀ ਹੈ ਮੇਰੀ ਇੱਛਾ ਵੀ ਓਨੀ ਪ੍ਰਭਲ ਹੋਈ ਜਾਂਦੀ ਹੈ। ਹਜ਼ੂਰ ਨੇ ਇਸੇ ਕਰਕੇ ਆਖਿਆ ਸੀ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੁਟੈ। ਇਸੇ ਕਰਕੇ ਛੁਟਕਾਰਾ ਨਹੀਂ ਹੁੰਦਾ ਸੇਵਾ ਕਰਦੇ ਆਂ ਪਾਠ ਕਰਦੇ ਆਂ ਉਹ ਸਾਡੇ ਜੰਜਾਲ ਸਾਡੀਆਂ ਉਲਝਨਾ ਸਾਡੇ ਮਨ ਦੇ ਘੇਰੇ ਹੋਰ ਗੰਡਾ ਵਧੀ ਜਾਂਦੀਆਂ ਨੇ ਸਾਨੂੰ ਲੱਗਦਾ ਹੈ ਅਸੀਂ ਛੁੱਟਦੇ ਹਾਂ ਪਰ ਅਸੀਂ ਹੋਰ ਫਸ ਜਾਂਦੇ ਹਾਂ ਤੇ ਪਾਤਸ਼ਾਹ ਨੇ ਆਖਿਆ ਸੀ ਤੁਸੀਂ ਇੱਕ ਪਲ ਦੇ ਲਈ ਵੀ ਕਿਤੇ ਉਹ ਨਿਰਵਾਣ ਕੀਰਤਨ ਗਾ ਲਓ ਹੁਣ ਨਿਰਵਾਣ ਕੀਰਤਨ ਦਾ ਮਤਲਬ ਸਾਡੇ ਵਿੱਚ ਕੀ ਕਰ ਦਿੱਤਾ ਗਿਆ ਕਿ ਨਿਰਵਾਣ ਕੀਰਤਨ ਉਹ ਹੈ ਜਿਹੜਾ ਬੰਦਾ ਕੀਰਤਨ ਕਰਦਿਆਂ ਪੈਸੇ ਨਹੀਂ ਲੈ ਰਿਹਾ ਇਹ ਬੰਦਾ ਜਿਹੜਾ ਹੈ ਨਾ ਉਹ ਨਿਸ਼ਕਾਮ ਕੀਰਤਨ ਕਰੀ ਜਾਂਦਾ ਹੈ ਜਿੱਥੇ ਕਾਮਨਾ ਉੱਠ ਗਈ ਹੈ ਕਾਮਨਾ ਕੱਲੀ ਪੈਸੇ ਦੀ ਥੋੜਾ ਹੈ ਜਿੱਥੇ ਕਾਮਨਾ ਉੱਠ ਗਈ ਹੈ ਉਹ ਨਿਰਵਾਣ ਤੇ ਰਿਆ ਹੀ ਨਹੀਂ ਨਿਸ਼ਕਾਮ ਤੇ ਰਿਆ ਹੀ ਨਹੀਂ ਉਹ ਸੇਵਾ ਕਰਦੇ ਆ ਬੰਦਗੀ ਕਰਦੇ ਆ ਜਿੱਥੇ ਕਾਮਨਾ ਉੱਠ ਗਈ ਹੈ ਉਹ ਮਾਫ ਕਰਨਾ ਹੋ ਸਕਦਾ ਹੈ ਕਿਉਂਕਿ ਮੰਗ ਲਿਆ ਹੈ ਤੇ ਉਹ ਮੰਗੀ ਹੋਈ ਚੀਜ਼ ਮਿਲ ਜਾਵੇ ਪਰ ਉਸ ਮੰਗ ਦੇ ਵਿੱਚ ਅਕਾਲ ਪੁਰਖ ਨਹੀਂ ਹੁੰਦਾ ਕਦੀ ਜਿਹੜੀ ਗੱਲ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਤੇ ਭਾਈ ਡੱਲੇ ਦੀ ਗੱਲ ਪੜਦੇ ਹੁੰਨੇ ਹਾਂ ਉਸ ਸਾਖੀ ਦਾ ਮਤਲਬ ਹੀ ਇੰਨਾ ਹੈ ਹਜ਼ੂਰ ਨੇ ਆਖਿਆ ਕੀ ਚਾਹੀਦਾ ਉਹ ਕਹਿੰਦੇ ਮਹਾਰਾਜ ਜੀ ਆਪਣੇ ਚਰਨਾਂ ਦੇ ਵਿੱਚ ਪੀੜੀ ਦੀ ਨਿ ਜਗਾ ਦੇ ਦਿਓ ਤੇ ਦਸਮੇਸ਼ ਨੇ ਆਖਿਆ ਭਾਈ ਸਾਡੀ ਖਾਤਰ ਜ਼ਮੀਨਾਂ ਤੁਸੀਂ ਰਿਸਕ ਦੇ ਉੱਤੇ ਸੀ ਤੁਹਾਡੀਆਂ ਜ਼ਮੀਨਾਂ ਤੁਹਾਡੀ ਜ਼ਮੀਨ ਜ਼ਬਤ ਕੀਤੀ ਜਾ ਸਕਦੀ ਸੀ ਜਾਇਦਾਦ ਖਤਮ ਹੋ ਸਕਦੀ ਸੀ ਜੇ ੜੀ ਚੀਜ਼ ਤੁਸੀਂ ਸਾਡੀ ਖਾਤਰ ਖਤਰੇ ਦੇ ਵਿੱਚ ਪਾਈ ਹੈ ਉਹਦੇ ਬਦਲੇ ਦੇ ਵਿੱਚ ਤੁਹਾਨੂੰ ਉਹੀ ਚੀਜ਼ ਹੀ ਮਿਲ ਸਕਦੀ ਹੈ ਇਸੇ ਕਰਕੇ ਵਿਚਾਰਵਾਨ ਕਹਿੰਦੇ ਹੁੰਦੇ ਨੇ ਕਰਮ ਕੰਡਾਂ ਦੇ ਬਦਲੇ ਹੋਰ ਕਰਮ ਕੰਡਾਂ ਦਾ ਜੰਜਾਲ ਮਿਲ ਜਾਂਦਾ ਹੋ ਇੱਕ ਢੇਰ ਅਸੀਂ ਹਿਲਾਉਨੇ ਹਾਂ ਅਗਲਾ ਢੇਰ ਸਾਡੇ ਉੱਤੇ ਪਾਪ ਪੈ ਜਾਂਦਾ ਔਰ ਬੇਸਿਕ ਗੱਲ ਹੈ ਭਾਈ ਗੁਰਦਾਸ ਸਾਹਿਬ ਨੇ ਸਿੱਖ ਦੇ ਬਾਰੇ ਦੱਸੀ ਸੀ ਕਹਿੰਦੇ ਗੁਰਮੁਖ ਭਾਰ ਅਥਰ ਬਣਤਾਰਾ ਇਹੀ ਸਿੱਖ ਨੇ ਭਾਰ ਲਾਉਣਾ ਹੁੰਦਾ ਪਰ ਸਾਡੇ ਉੱਤੇ ਉਹ ਭਗਤੀ ਦਾ ਭਾਰ ਆ ਜਾਂਦਾ ਹੈ। ਤਾਂ ਇੱਕ ਭਗਤੀ ਦਾ ਪਾਪ ਇਹ ਹੋ ਗਿਆ ਜਿਹਦੇ ਵਿੱਚ ਕਿਤੇ ਨਾ ਕਿਤੇ ਪਿੱਛੇ ਕੋਈ ਮੰਗ ਉੱਠਦੀ ਪਈ ਹੈ। ਤੇ ਮੈਂ ਇੰਨੀ ਬੇਨਤੀ ਕਰਦਾ ਪਿਆ ਹਾਂ ਸ਼ੁਰੂ ਦੇ ਵਿੱਚ ਮਹਾਰਾਜ ਨੇ ਇਹਨੂੰ ਗਲਤ ਨਹੀਂ ਆਖਿਆ। ਤਾਂ ਦੂਜੀ ਗੱਲ ਇਹ ਮੰਗਣਾ ਬੁਰਾ ਨਹੀਂ। ਪਰ ਹੋ ਸਕਦਾ ਹੈ ਜੋ ਮੰਗਦੇ ਪਏ ਹਾਂ ਉਹ ਮਿਲ ਜਾਵੇ। ਇਸ ਮੰਗ ਦੇ ਵਿੱਚ ਵੈ ਗੁਰੂ ਨਹੀਂ ਹੋਵੇਗਾ। ਇਸ ਮੰਗ ਦੇ ਵਿੱਚ ਜੀਵਨ ਨਹੀਂ ਹੋਵੇਗਾ। ਇਸ ਮੰਗ ਦੇ ਵਿੱਚ ਮੰਗੀ ਹੋਵੇਗੀ ਉਹ ਮਿਲ ਗਈ ਜੀਵਨ ਫੇਰ ਪਹਿਲਾਂ ਦੇ ਵਰਗਾ ਹੀ ਹੁੰਦਾ ਹੈ ਤਾਂ ਕਬੀਰ ਸਾਹਿਬ ਦੇ ਚੇਲਿਆਂ ਨੇ ਉਹਨਾਂ ਦੇ ਸੇਵਕਾਂ ਨੇ ਕਬੀਰ ਸਾਹਿਬ ਨੂੰ ਪੁੱਛਿਆ ਸੀ ਕਿ ਜਦੋਂ ਤੁਸੀਂ ਭਗਤੀ ਕਰਨ ਬੈਠਦੇ ਜੇ ਤੁਹਾਡਾ ਮਨ ਕੀ ਸੋਚਦਾ ਹੈ ਸਾਡਾ ਪਾਠ ਕਰਨ ਵੇਲੇ ਸੇਵਾ ਕਰਨ ਵੇਲੇ ਹੋ ਸਕਦਾ ਹੈ ਰਲਦਾ ਮਿਲਦਾ ਨਾ ਹੋਵੇ ਪਰ ਮਨ ਕੁਝ ਨਾ ਕੁਝ ਤੇ ਸੋਚਦਾ ਹੈ ਜਿਤੇ ਰੱਬ ਹੋ ਗਏ ਹਾਂ ਤੇ ਨਮਸਕਾਰ ਹੈ ਚਰਨਾਂ ਦੇ ਉੱਤੇ ਹਰ ਪਾਠ ਦੇ ਪਿੱਛੇ ਜਿੱਦਾਂ ਮੈਂ ਬੇਨਤੀ ਕੀਤੀ ਆ ਕਾਮਨਾ ਜਾਗ ਪੈਂਦੀ ਹੈ ਜੇ ਅੱਧਾ ਪਾਠ ਹੋਇਆ ਹੁੰਦਾ ਉਹ ਜਿਹੜੀ ਅਸੀਂ ਗੱਲ ਕਹਿ ਦੇਣੀ ਬੜੀ ਸੌਖੀ ਹੁੰਦੀ ਹੈ ਕਿ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਮਨ 'ਚ ਖਿਆਲ ਆਇਆ ਕਿ ਸਿੱਖਾਂ ਦੇ ਕੋਲੋਂ ਪਾਠ ਸੁਣਿਆ ਜਾਵੇ ਉਹ ਜਿਹੜੇ ਸਿੱਖ ਨੇ ਸੁਣਾਇਆ ਅਜੇ ਤੇ ਅੱਧਾ ਕੀ ਜਪਜੀ ਸਾਹਿਬ ਹੋਇਆ ਸੀ ਨਾ ਤੇ ਮਹਾਰਾਜ ਕੀ ਸੋਚਦੇ ਪਏ ਨੇ ਮਹਾਰਾਜ ਕਹਿੰਦੇ ਨੂੰ ਤਖਤ ਦੇ ਦੇਣਾ ਤੇ ਉਹ ਅੱਧੇ ਪਾਠ ਦੇ ਵਿੱਚ ਇਹ ਕਹਿੰਦਾ ਵੀ ਮੈਂ ਘੋੜੇ ਮੰਗ ਲੈਣੇ ਨੇ ਮਹਾਰਾਜ ਦੇ ਕੋਲ ਉਹਨਾਂ ਨੂੰ ਸ ਮੇਰੇ ਵਰਗੇ 50 ਵਰ ਕਹਿ ਦੇਣਗੇ ਉਹਨੇ ਮਹਾਰਾਜ ਦੇ ਕੋਲੋਂ ਘੋੜੇ ਮੰਗ ਲਏ ਉਹ ਤੇ ਭਾਵੇਂ ਸ਼ੁਕਰ ਕਰੋ ਮੈਂ ਕਹਿੰਦਾ ਵੀ ਉਹਨੇ ਮਹਾਰਾਜ ਨੂੰ ਇੰਨਾ ਤੇ ਖੁਸ਼ ਕਰ ਲਿਆ ਵੀ ਮਹਾਰਾਜ ਨੇ ਆਪਣੀ ਜਗ੍ਹਾ ਛੱਡ ਦਿੱਤੀ ਸੀ ਸਾਡਾ ਹਿਸਾਬ ਕਿਤਾਬ ਤੇ ਇਦਾਂ ਦਾ ਵੀ ਸਾਡੇ ਕੋਲ ਤੇ ਜਗ੍ਹਾ ਵੀ ਨਹੀਂ ਛਡਾਈ ਜਾਣੀ ਤੁਸੀਂ ਮੂਲ ਮੰਤਰ ਤੇ ਪਤਾ ਨਹੀਂ ਕਿੰਨੀ ਵਾਰ ਕਈ ਕੁਝ ਮੰਗ ਲੈਣਾ ਇਹ ਇਥੋਂ ਤੱਕ ਹੈ ਸ਼ੁਰੂ ਦੇ ਵਿੱਚ ਹੋ ਜਾਵੇ ਕੋਈ ਬੁਰਾ ਨਹੀਂ ਪਰ ਕਦੀ ਇਸ ਜਿਹਨ ਨੂੰ ਇਸ ਪਾਸੇ ਤੋਂ ਸੋਚ ਕੇ ਵੇਖਾਂਗੇ ਜਦੋਂ ਗੁਰੂ ਨਾਨਕ ਸਹਿ ਮਹਾਰਾਜ ਇਬਾਦਤ ਦੇ ਵਿੱਚ ਬੈਠਦੇ ਹੋਣਗੇ ਜਦੋਂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਭਗਤੀ ਦੇ ਵਿੱਚ ਬੈਠਦੇ ਹੋਣਗੇ ਇਹ ਨਹੀਂ ਸੀ ਕਿ ਸਾਰਾ ਦਿਨ ਮਹਾਰਾਜ ਗੱਲਾਂ ਕਰੀ ਜਾਂਦੇ ਹੁੰਦੇ ਸੀ ਸੱਚੇ ਪਾਤਸ਼ਾਹ ਦਿਨ ਰਾਤ ਰੱਬ ਦੀ ਬੰਦਗੀ ਤੇ ਰਹਿਣ ਵਾਲੇ ਪਰ ਉਹਨਾਂ ਦੇ ਜੀਵਨ ਦੇ ਵਿੱਚ ਵੀ ਸਪੈਸ਼ਲ ਉਹ ਸਮਾਂ ਹੁੰਦਾ ਸੀ ਜਦੋਂ ਮਹਾਰਾਜ ਉੱਠ ਕੇ ਤੇ ਭਗਤੀ ਕਰਦੇ ਸੀ ਇਬਾਦਤ ਦੇ ਵਿੱਚ ਬੈਠਦੇ ਸੀ ਮੰਨ ਲਓ ਗੁਰੂ ਨਾਨਕ ਸਾਹਿਬ ਦੀ ਬਾਣੀ ਪੜਨੀ ਹੈ ਸੋਦਰ ਆਰਤੀ ਗਾ ਵੀ ਹੈ ਅੰਮ੍ਰਿਤ ਵੇਲੇ ਜਾਪ ਉਚਾਰਾ ਸਾਡੇ ਕੋਲ ਤੇ ਇਤਿਹਾਸਕ ਹਵਾਲਾ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਚਲਾਣਾ ਕਰਨ ਲੱਗੇ ਤੇ ਸੱਚੇ ਪਾਤਸ਼ਾਹ ਨੇ ਆਪ ਵੀ ਬਾਣੀ ਪੜੀ ਸਿੱਖਾਂ ਨੇ ਵੀ ਮਹਾਰਾਜ ਦੇ ਨਾਲ ਰਲ ਕੇ ਬਾਣੀ ਪੜੀ ਮੈਂ ਬਾਣੀ ਪੜਦਾ ਹਾਂ ਕਿਸੇ ਕਾਮਨਾ ਨੂੰ ਮੁਖ ਰੱਖ ਕੇ ਤੇ ਜਿੱਦਣ ਗੁਰੂ ਨਾਨਕ ਸਾਹਿਬ ਆਪਣੀ ਬਾਣੀ ਨੂੰ ਆਪ ਪੜਦੇ ਹੋਣਗੇ ਜਦੋਂ ਕਬੀਰ ਸਾਹਿਬ ਆਪਣੀ ਬਾਣੀ ਨੂੰ ਆਪ ਪੜ੍ਹਦੇ ਹੋਣਗੇ ਉਹਨਾਂ ਦੇ ਮਨ ਦੇ ਅੰਦਰ ਕੀ ਚੱਲਦਾ ਪਿਆ ਹੋਵੇਗਾ ਜੇ ਅਸੀਂ ਭਗਤੀ ਦੇ ਇਸ ਲੈਵਲ ਨੂੰ ਸਮਝ ਸਕੀਏ ਤੇ ਉਹਨਾਂ ਦੇ ਅੰਦਰ ਕੀ ਕਾਮਨਾ ਉੱਠਣੀ ਹੈ ਤੇ ਕਾਮਨਾ ਹੀ ਨਹੀਂ ਉੱਠਦੀ ਪਈ ਤਾਂ ਕਬੀਰ ਸਾਹਿਬ ਦੇ ਚੇਲਿਆਂ ਨੇ ਸਵਾਲ ਕੀਤਾ ਕਬੀਰ ਸਾਹਿਬ ਨੂੰ ਤੇ ਕਬੀਰ ਸਾਹਿਬ ਸਾਨੂੰ ਇਹ ਗੱਲ ਦੱਸੋ ਕਿ ਤੁਸੀਂ ਜਦੋਂ ਭਗਤੀ ਕਰਦੇ ਜੇ ਤੇ ਤੁਹਾਡੇ ਮਨ ਦੀ ਭਾਵਨਾ ਕੀ ਹੁੰਦੀ ਹੈ ਤੋ ਕਬੀਰ ਸਾਹਿਬ ਦੇ ਫਿਰ ਬਚਨ ਨੇ ਕਬੀਰ ਐਸੀ ਹੋਈ ਐਸੀ ਹੋਏ ਪਰੀ ਤੇ ਇਦਾਂ ਦੀ ਹਾਲਤ ਹੋ ਗਈ ਹੈ ਜ਼ਿੰਦਗੀ ਦੇ ਵਿੱਚ ਮਨ ਕੋ ਭਾਵਤਕੀਨ ਇਹ ਭਗਤੀ ਮੈਂ ਤਾਂ ਕਰਦਾ ਪਿਆ ਹਾਂ ਮੇਰੇ ਮਨ ਨੂੰ ਚੰਗੀ ਲੱਗ ਗਈ ਹੈ ਇਸ ਕਰਕੇ ਨਹੀਂ ਭਗਤੀ ਕਰਦਾ ਪਿਆ ਕਿ ਮੈਨੂੰ ਦੱਸਿਆ ਗਿਆ ਹੈ ਕਿ ਭਗਤੀ ਕਰਿਆ ਕਰ ਜਾਂ ਮੈਨੂੰ ਡਰਾਇਆ ਗਿਆ ਹੈ ਕਿ ਤੂੰ ਭਗਤੀ ਨਹੀਂ ਕਰੇਂਗਾ ਤੇ ਤੇਰਾ ਨੁਕਸਾਨ ਹੋ ਜਾਵੇਗਾ ਇਸ ਕਰਕੇ ਨਹੀਂ ਮੈਂ ਕਰਦਾ ਪਿਆ ਮਨ ਦਾ ਸਬੰਧ ਇਸ ਚੀਜ਼ ਦੇ ਨਾਲ ਹੈ ਜੇ ਮਨ ਮੰਨ ਗਿਆ ਪਾਠ ਨੂੰ ਮਨ ਕਦੀ ਪਾਠ ਨਹੀਂ ਛੱਡੇਗਾ ਤੇ ਜੇ ਮਨ ਨਹੀਂ ਮੰਨਿਆ ਪਾਠ ਨੂੰ ਅਸੀਂ ਅਕਸਰ ਕਹਿੰਨੇ ਹੁੰਨੇ ਆ ਲਾਈ ਜਾਈਏ ਜੋਰ ਮਨ ਪਾਠ ਕਰਦਾ ਵੀ ਪਾਠ ਨਹੀਂ ਕਰ ਰਿਹਾ ਹੁੰਦਾ ਨਹੀਂ ਕਰਦਾ ਪਾਠ ਸੇਵਾ ਕਰਦਿਆਂ ਵੀ ਮਨ ਨਹੀਂ ਸੇਵਾ ਕਰਦਾ ਮਨ ਦਾ ਨਹੀਂ ਮੰਨੇ ਇਸ ਗੱਲ ਨੂੰ ਮਨ ਕੋ ਭਾਵਤ ਕੀਨ ਦਾ ਮਤਲਬ ਇਹੀ ਹੈ ਮਨ ਪਾਉਂਦੀ ਭਗਤੀ ਕਰਦਾ ਪਿਆ ਹਾਂ ਮੈਨੂੰ ਕੋਈ ਜ਼ੋਰ ਨਹੀਂ ਕੋਈ ਦਬਾ ਨਹੀਂ ਪਾਰਿਆ ਵੀ ਤੂੰ ਇਦਾਂ ਹੀ ਭਗਤੀ ਕਰ ਕੋਈ ਦਬਾ ਨਹੀਂ ਹੈ ਮੇਰੇ ਉੱਤੇ ਔਰ ਭਗਤੀ ਹੁੰਦੀ ਹੀ ਇਦਾਂ ਹੈ ਆਪਾਂ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਬਾਰੇ ਇੱਕ ਗੱਲ ਪੜ੍ਹਦੇ ਹੁੰਨੇ ਆ ਕਿ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇੱਕ ਥਾਂ ਦੇ ਉੱਤੇ ਜਦੋਂ ਵਿਚਰੇ ਤੇ ਉੱਥੇ ਜਿਹੜਾ ਇਲਾਕੇ ਦਾ ਹਾਕਮ ਸੀ ਚੌਧਰੀ ਸੀ ਉਹਦਾ ਬੇਟਾ ਬਿਮਾਰ ਹੋ ਗਿਆ ਉਹ ਦਵਾਈਆਂ ਦਵਾਈਆਂ ਉਹਨੂੰ ਸਾਰਿਆਂ ਨੇ ਉਹ ਠੀਕ ਨਹੀਂ ਹੋਇਆ ਇਸ ਨੇ ਕਿਹਾ ਤਾਂ ਜੀ ਇਲਾਜ ਕਰਾ ਇਹਦੇ ਲਈ ਦੁਆਵਾਂ ਕਰਾ ਉਹਨੂੰ ਉਹਦੀ ਆਪਣੇ ਦਿਮਾਗ ਦੇ ਵਿੱਚ ਫਤੂਰ ਏਦਾਂ ਦਾ ਸੀ ਉਹਨੇ ਜਿੰਨੇ ਪੀਰ ਫਕੀਰ ਸੀ ਸਾਰੇ ਇਕੱਠੇ ਕਰਕੇ ਤੇ ਆਪਣੇ ਕੋਲ ਸੱਦਲੇ ਵੀ ਮੇਰੇ ਲਈ ਦੁਆ ਕਰੋ ਤੇ ਮੇਰੇ ਬੱਚੇ ਲਈ ਦੁਆ ਕਰੋ ਹਜ਼ੂਰ ਗੁਰਨਾਨਕ ਸਾਹਿਬ ਤੱਕ ਵੀ ਗੱਲ ਚਲੀ ਗਈ ਮਰਦ ਗਏ ਪਾਤਸ਼ਾਹ ਕਹਿੰਦੇ ਤਕੇ ਨਾਲ ਸੋਹਰ ਅਰਦਾਸਾਂ ਹੁੰਦੀਆਂ ਹੁੰਦੀਆਂ ਨੇ ਤੁਸੀਂ ਫਕੀਰਾਂ ਨੂੰ ਬੰਨ੍ਹ ਲਿਆ ਤੇ ਸੋਚਿਆ ਵੀ ਬੰਨ੍ਹ ਕੇ ਅਰਦਾਸਾਂ ਕਰਨਗੇ ਇਹ ਬੱਜੇ ਤੁਹਾਡੀਆਂ ਕੀਰਤਾਂਾਂ ਕਰ ਸਕਦੇ ਬੱਝੇ ਹੋਏ ਨੇ ਬੱਝੀ ਹੋਈ ਅਰਦਾਸ ਕਰਨੀ ਫਿਰ ਤੁਹਾਨੂੰ ਵੀ ਬੰਨ ਕੇ ਰੱਖ ਦੇਣਾ ਨਾਲ ਜੋ ਦਿਲ ਤੋਂ ਹੀ ਨਹੀਂ ਨਿਕਲਿਆ ਉਹ ਕੀ ਅਰਦਾਸ ਕਰ ਸਕਦਾ ਤੇ ਜੋ ਦਿਲ ਤੋਂ ਹੀ ਨਹੀਂ ਨਿਕਲਿਆ ਤੇ ਕੀ ਉਹ ਬੋਲੇਗਾ ਕੀ ਰੱਬ ਦੇ ਕੋਲੋਂ ਮੰਗ ਲਵੇਗਾ ਜੋ ਦਿਲ ਤੋਂ ਹੀ ਨਹੀਂ ਨਿਕਲੇ ਮਨ ਮੰਨਿਆ ਹੀ ਨਹੀਂ ਭਗਤੀ ਨੂੰ ਮਨ ਮੰਨਿਆ ਹੀ ਨਹੀਂ ਪਾਠ ਨੂੰ ਤੇ ਜਦੋਂ ਉਹ ਮੰਨਿਆ ਹੀ ਨਹੀਂ ਤੇ ਕੀ ਪਾਠ ਕਰ ਲਵੇਗਾ ਫਿਰ ਸਾਡੇ ਸਾਰਿਆਂ ਦੇ ਹਾਲਾਤ ਸਾਡੇ ਸਾਹਮਣੇ ਹੀ ਨੇ ਫਿਰ ਇਸ ਕਰਕੇ ਇੱਕ ਪਾਸਾ ਤੇ ਇਹ ਵੀ ਹੋ ਜਾਂਦਾ ਹੈ ਮਨ ਮੰਨੇ ਨਾ ਮੰਨੇ ਆਪਾਂ ਤਾਂ ਕੱਲਾ ਆ ਛੱਡਣਾ ਵੀ ਆਪਾਂ ਦੋ ਕਰਦੇ ਆਂ ਤੇ ਦੋ ਕਰ ਲੈਣੇ ਨੇ ਤਿੰਨ ਕਰਦੇ ਆਪਾਂ ਤਿੰਨ ਕਰ ਲੈਣੇ ਨੇ ਆਪਾਂ ਨੂੰ ਨੇ ਲੱਗੇ ਵੀ ਮਨ ਮੰਨਦਾ ਹੈ ਨਹੀਂ ਮੰਨਦਾ ਕੀ ਫਰਕ ਪੈਂਦਾ ਮਨ ਮੰਨਦਾ ਜਾਂ ਨਹੀਂ ਮੰਨਦਾ ਕਿਉਂਕਿ ਮਨ ਦੀ ਭਗਤੀ ਤੀ ਸੀ ਸੋਚਦੇ ਹੀ ਨਹੀਂ ਅਸੀਂ ਤਾਂ ਜਿੱਦ ਦੀ ਭਗਤੀ ਸੋਚਦੇ ਆਂ ਵੀ ਵੱਧ ਕਰਕੇ ਵਿਖਾਵਾਂਗਾ ਤੇ ਕਿਉਂ ਨਾ ਹੋਵੇਗਾ ਮੇਰੇ ਵੱਲ ਕਿਉਂ ਨਾ ਮੇਰੀ ਮੰਨੀ ਜਾਵੇਗੀ ਹਾਇ ਤੇ ਉੱਥੇ ਵੀ ਮਨ ਦਾ ਅਹੰਗ ਹੈ ਮਨ ਕੋ ਭਾਵਤ ਕੀਨ ਉਹ ਭਗਤੀ ਮੇਰੇ ਮਨ ਨੂੰ ਚੰਗੀ ਲੱਗ ਗਈ ਹੈ ਬਚਨ ਆਉਂਦਾ ਹੈ ਕਬੀਰ ਸਾਹਿਬ ਜੀ ਦਾ ਹੀ ਹਜ ਹਮਾਰੀ ਗੋਮਤੀ ਤੀਰ ਜਹਾਂ ਬਸੈ ਪੀਤੰਬਰ ਪੀਰ ਵਾਹ ਵਾਹ ਕਿਆ ਖੂਬ ਗਾਉਂਤਾ ਹੈ ਹਰ ਕਾ ਨਾਮ ਮੇਰਾ ਮਨ ਭਾਵਤਾ ਹੈ ਤੇ ਮੇਰੇ ਮਨ ਨੂੰ ਇਹ ਤੀਰ ਚੰਗੀ ਲੱਗ ਗਈ ਹੈ ਔਰ ਗੁਰੂ ਬਖਸ਼ਿਸ਼ ਕਰੇ ਅਰਦਾਸ ਕਰੀਏ ਪਾਤਸ਼ਾਹ ਦੇ ਅੱਗੇ ਪਾਠ ਕਰਨਾ ਚੰਗਾ ਲੱਗੇ ਬਾਣੀ ਪੜ੍ਹਨੀ ਚੰਗੀ ਲੱਗੇ ਮੈਂ ਇਹ ਨਹੀਂ ਕਹਿੰਦਾ ਕਿ ਨਹੀਂ ਲੱਗਦੀ ਪਰ ਜਦੋਂ ਤੱਕ ਇਹ ਖੁਦ ਪੜਨ ਨੂੰ ਚੰਗੀ ਨਾ ਲੱਗੀ ਕਿਸੇ ਦੇ ਆਸਰੇ ਤੇ ਫਿਰ ਇੰਨੀ ਕੀ ਕੀਤੀ ਜਾਂਦੀ ਹੁੰਦੀ ਹੈ ਜਿੰਨਾ ਕਿਸੇ ਤਕਾ ਲਾ ਕੇ ਕਰ ਲੈਨੇ ਹਾਂ ਕਿਸੇ ਨੇ ਹੋ ਸਾਰੀ ਜ਼ਿੰਦਗੀ ਸਾਡੀ ਸਮਝ ਲਓ ਪ੍ਰਾਇਮਰੀ ਤੇ ਨਿਕਲ ਜਾਂਦੀ ਹੈ ਅਸੀਂ ਗਾਂ ਨਿਕਲੇ ਨਹੀਂ ਪਾਉਂਦੇ ਸਾਡਾ ਇਹ ਤੇ ਉਹਨਾਂ ਬੰਦਿਆਂ ਦੀ ਗੱਲ ਹੈ ਜਿਹੜੇ ਬੰਦੇ ਮਰਜ਼ੀ ਦੇ ਨਾਲ ਤੁਰਦੇ ਨੇ ਉਹਨਾਂ ਦੇ ਮਨ ਅੱਕ ਜਾਂਦੇ ਨੇ ਇਹਨਾਂ ਚੀਜ਼ਾਂ ਤੋਂ ਤੇ ਜਿੰਨੂੰ ਤੱਕੇ ਨਾਲ ਤੁਰੂਗੇ ਉਹ ਵਿਚਾਰਾ ਕਿੱਥੇ ਤੁਰੇਗਾ ਕਿੰਨੇ ਕਿੰਨੇ ਬੰਦੇ ਨੇ ਆਪਣੀ ਮਰਜ਼ੀ ਨਾਲ ਬੰਦਗੀ ਦੇ ਰਸਤੇ ਦੇ ਉੱਤੇ ਤੁਰੇ ਕਿਸੇ ਨੇ ਨਹੀਂ ਕਿਹਾ ਸੀ ਤੁਰੋ ਤੁਰ ਪੇ ਪਰ ਨਹੀਂ ਗੱਲ ਭਣੀ ਮਨ ਅੱਕ ਗਿਆ ਮਨ ਨੇ ਮੰਨਣਾ ਹੀ ਬੰਦ ਕਰ ਦਿੱਤਾ ਕੱਖ ਨਹੀਂ ਉਹ ਬੰਦੇ ਬੇਮੁਖ ਹੋ ਗਏ ਉਹ ਬੰਦੇ ਨਾ ਸ਼ੁਕਰੇ ਹੋ ਗਏ ਜਿਹੜੇ ਮਰਜ਼ੀ ਨਾਲ ਤੁਰੇ ਸੀ ਜਿਨ੍ਹਾਂ ਨੇ ਕਦੀ ਮਰਜ਼ੀ ਨਹੀਂ ਸੀ ਕੀਤੀ ਤੱਕੇ ਨਾਲ ਬਿਠਾ ਦਿੱਤੇ ਗਏ ਉਹਨਾਂ ਵਿਚਾਰਿਆਂ ਦਾ ਕੀ ਹਾਲ ਹੋਵੇਗਾ ਔ ਕਬੀਰ ਸਾਹਿਬ ਕਹਿੰਦੇ ਮਨ ਕੋ ਭਾਵਤਕੀਨ ਇੱਕ ਬਚਨ ਅਸੀਂ ਪੜਦੇ ਹਾਂ ਹੁਕਮ ਦੇ ਰੂਪ ਦੇ ਵਿੱਚ ਇੱਕੋ ਹੀ ਸ਼ਬਦ ਦੇ ਵਿੱਚ ਦੋ ਜਾਣਿਆਂ ਦੀ ਗੱਲ ਕਰ ਦਿੱਤੀ ਹੈ ਕਬੀਰ ਸਾਹਿਬ ਨੇ ਮੇਰੇ ਦਿਲ ਦੀ ਭਾਵਨਾ ਸਿਰਫ ਇੰਨੀ ਹੁੰਦੀ ਹੈ ਸਮੇਤ ਮੇਰੇ ਆਪਣੇ ਲਈ ਜਿਹੜੀਆਂ ਗੱਲਾਂ ਅਜੇ ਮੇਰੇ ਜੀਵਨ ਦੇ ਵਿੱਚ ਨਹੀਂ ਮੈਂ ਉਹਦੇ ਲਈ ਅਰਦਾਸ ਕਰਾਂ ਹੋਰ ਕੋਈ ਤਰੀਕਾ ਨਹੀਂ ਹੈ ਇਤੋਂ ਇਲਾਵਾ ਕੁਝ ਨਹੀਂ ਹੈ ਇਸ ਭਗਤੀ ਦੇ ਰਸਤੇ ਦੇ ਪੀ ਆ ਮਿਹਨਤ ਹੈ ਔ ਮਿਹਨਤ ਹੈ ਮਿਹਨਤਾਂ ਕਰ ਸਕਦੇ ਹਾਂ ਬਖਸ਼ਿਸ਼ਾ ਮਿਹਨਤ ਤੋਂ ਕਿਤੇ ਉੱਤੇ ਬੈਠੀਆਂ ਨੇ ਉਹਦੇ ਲਈ ਅਰਦਾਸ ਕਰਕੇ ਵੇਖ ਲਿਏ ਸ਼ਾਇਦ ਕਿਤੇ ਗੱਲ ਸਮਝ ਆ ਜਵੇ ਕਬੀਰ ਸਾਹਿਬ ਕਹਿੰਦੇ ਨੇ ਸ਼ੁਰੂ ਇੱਥੋਂ ਹੁੰਦਾ ਹੈ ਕਿਆ ਪੜੀਆ ਕਿਆ ਗੁਨੀਆਂ ਕਿਆ 베ਦ ਪੁਰਾਨਾ ਸੁਨੀਆਂ ਪੜੇ ਸੁਨੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ ਹੱਤੇ ਹੀ ਹੈ ਨਾ ਵੀ ਸਾਨੂੰ ਕਿਹਾ ਜੀ ਪਾਠ ਕਰਿਆ ਕਰੋ ਤੁਹਾਨੂੰ ਰੱਬ ਦੇ ਬਾਰੇ ਸਮਝ ਆ ਜਾਵੇਗੀ ਸਮਝ ਤੇ ਪਾਠ ਤੋਂ ਹੀ ਆਉਣੀ ਹੈ ਪਰ ਕਬੀਰ ਸਾਹਿਬ ਕਹਿੰਦੇ ਤੁਸੀਂ ਪੜ ਵੀ ਲਓ ਗਾ ਵੀ ਲਓ ਉਹਨੂੰ ਸੁਣ ਵੀ ਲਓ ਤੁਹਾਨੂੰ ਵਿਆਖਿਆ ਵੀ ਯਾਦ ਹੋ ਜਵੇ ਕੀ ਹੋਵੇਗਾ ਜੋ ਸਹਿਜ ਨਾ ਮਿਲੇ ਉਸੋਈ ਉਹ ਤਾਂ ਮਿਲਿਆ ਹੀ ਨਹੀਂ ਕਿੰਨਾ ਪੜਿਆ ਜਾਂਦਾ ਕਿੰਨਾ ਗਾਇਆ ਜਾਂਦਾ ਤੁਹਾਡੇ ਨਾਲੋਂ ਜ਼ਿਆਦਾ ਤੇ ਅਰਥ ਮਹਾਰਾਜ ਬਖਸ਼ ਲਵੇ ਇਹਨੂੰ ਵਿਦਿਆਵਾਲੇ ਪਾਸੇ ਤੋਂ ਨਹੀਂ ਹੋ ਸਕਦਾ ਤੁਹਾਡੇ ਨਾਲੋਂ ਜ਼ਿਆਦਾ ਅਰਥ ਪਤਾ ਹੋਣਗੇ ਤੇ ਕੀ ਹੋ ਜਵੇਗਾ ਇਹਦੇ ਨਾਲ ਜੇ ਅਰਥ ਜ਼ਿਆਦਾ ਪਤਾ ਨੇ ਤੇ ਕੀ ਆ ਤੁਹਾਡੇ ਜੇ ਮੈਮਰੀ ਦਾ ਹਿੱਸਾ ਹੀ ਵੱਧ ਉਹਨਾਂ ਨੇ ਘੇਰਿਆ ਜਦੋਂ ਤੱਕ ਕੁਝ ਨਹੀਂ ਹੁੰਦਾ ਇਹ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਕਬੀਰ ਸਾਹਿਬ ਕਹਿੰਦੇ ਲੋਕਾਂ ਦਾ ਖਿਆਲ ਕੀ ਹੁੰਦਾ ਹੈ ਲੋਕੀ ਇਸ ਪਾਸੇ ਨੂੰ ਨਹੀਂ ਜਾਣਗੇ ਕਿ ਉਹਦਾ ਸਹਿਜ ਦੇ ਵਿੱਚ ਕੁਝ ਹਾਸਲ ਹੋ ਜਾਵੇ ਕੁਝ ਪ੍ਰਾਪਤ ਹੋ ਜਾਵੇ ਉਹ ਕਹਿੰਦੇ ਉਹ ਉਸੇ ਧੰ ਦੇ ਪੱਕੇ ਹੁੰਦੇ ਨੇ ਵੀ ਆਪਾਂ ਇਹੀ ਕਰਨਾ ਹੈ ਇਹੀ ਰੁਟੀਨ ਹੈ ਸਾਡੀ ਗੁਰੂ ਬਖਸ਼ ਲਵੇ ਜਿੰਨੂੰ ਤੁਸੀਂ ਪੜਦੇ ਜੇ ਤਹਾਂ ਤਹਾਂ ਰਛਿਆ ਰਿਆਇਤ ਉਹਦਾ ਮਤਲਬ ਕੀ ਹੈ ਉਹਦਾ ਮਤਲਬ ਹੈ ਕਿ ਜ਼ਿੰਦਗੀ ਰੁਕ ਗਈ ਹੈ ਨਾ ਤੇ ਇੱਕ ਵਾਰ ਬ੍ਰੇਕ ਲੈ ਲਓ ਇਹ ਕਹਿਣਾ ਥੋੜਾ ਜਿਹਾ ਔਖਾ ਲੱਗ ਸਕਦਾ ਹੈ ਇੱਕ ਵਾਰ ਬ੍ਰੇਕ ਲੈ ਲਓ ਹੋ ਸਕਦਾ ਹੈ ਬ੍ਰੇਕ ਲਿਆਂ ਦੁਬਾਰਾ ਕਿਤੇ ਚੱਲ ਪਵੇ ਬ੍ਰੇਕ ਵੀ ਨਹੀਂ ਲੈਣੀ ਗਾਂਵ ਨਹੀਂ ਤੁਰਨਾ ਉਹ ਫਿਰ ਔਖਾ ਕੰਮ ਹੈ ਔਰ ਇਦਾਂ ਹੀ ਹੋ ਰਿਹਾ ਸਾਡੇ ਨਾਲ ਸਾਡੇ ਸਾਲ ਕੈਲੰਡਰ ਦੇ ਉੱਤੇ ਤੇ ਖਤਮ ਹੁੰਦੇ ਰਹਿੰਦੇ ਨੇ ਨਾ ਅਸੀਂ ਅਧਿਆਤਮਿਕ ਤੌਰ ਤੇ ਤਰੱਕੀ ਕਰਦੇ ਆ ਨਾ ਮਾਨਸਿਕ ਤੌਰ ਤੇ ਤਰੱਕੀ ਕਰਦੇ ਆ ਉੱਥੇ ਅਸੀਂ ਉੱਥੇ ਹੀ ਹੁੰਨੇ ਹੋ ਸਕਦਾ ਸਾਡੇ ਨਾਲੋਂ ਛੋਟਾ ਬੱਚਾ ਕਿਤੇ ਸਾਡੇ ਤੋਂ ਅੱਗੇ ਬੈਠਾ ਹੋਵੇ ਉਹ ਸਿਰਫ ਕੈਲੰਡਰ ਦੇ ਉੱਤੇ ਸਾਲ ਚੇਂਜ ਹੁੰਦੇ ਨੇ ਹੋਰ ਕੁਝ ਨਹੀਂ ਹੁੰਦਾ ਸਾਡਾ ਚਲੋ ਇਹ ਵੀ ਫੇਰ ਉਹੀ ਗੱਲ ਹੈ ਕਬੀਰ ਸਾਹਿਬ ਕਹਿੰਦੇ ਤੁਸੀਂ ਬਹੁਤਾਤ ਲੋਕਾਂ ਨੂੰ ਅਖੋਗੇ ਲੋਕਾਂ ਨੂੰ ਇਹਨਾਂ ਗੱਲਾਂ ਦੇ ਨਾਲ ਮਤਲਬ ਹੀ ਨਹੀਂ ਹੈ ਔਰ ਭੀੜ ਨੂੰ ਵਾਕਿਆ ਹੀ ਕੋਈ ਮਤਲਬ ਨਹੀਂ ਹੁੰਦਾ ਭੀੜ ਦਾ ਮਤਲਬ ਸਿਰਫ ਇਹਨਾਂ ਹੁੰਦਾ ਕਿ ਇੱਕ ਨੇ ਛਾਲ ਮਾਰੀ ਹੈ ਤੇ ਜੇ ਮੈਂ ਪਿੱਛੇ ਰਹਿ ਗਿਆ ਤੇ ਕੀ ਫਾਇਦਾ ਹੋਇਆ ਫਿਰ ਮੈਂ ਉਹ ਤੋਂ ਵੀ ਜ਼ਿਆਦਾ ਅੱਗੇ ਛਾਲ ਮਾਰਾਂਗਾ ਅਡੰਬਰ ਖਿਲਾਰੇ ਪੀੜਾਂ ਨੂੰ ਵਧਾਵਦਾ ਕੇ ਇਕੱਠੇ ਕਰਨ ਦੇ ਉਪਰਾਲੇ ਇਹ ਸਾਰਾ ਕੁਝ ਕੀ ਹੈ ਸਿਰਫ ਦਿਖਾਵਾ ਹੈ ਤੇਰੇ ਨਾਲੋਂ ਜ਼ਿਆਦਾ ਮੈਂ ਜ਼ੋਰ ਲਾ ਲੈਣਾ ਹੈ ਇਹਦੇ ਨਾਲੋਂ ਅੱਗੇ ਮੈਂ ਨਿਕਲ ਜਾਣਾ ਹੈ ਇਦਾਂ ਕੀਤਿਆਂ ਜੇ ਕਿਤੇ ਜ਼ਿੰਦਗੀ ਚ ਕੁਝ ਬਣਦਾ ਹੋਵੇ ਸਲਤਨਤਾਂ ਇਕੱਠੀਆਂ ਕਰਦੀਆਂ ਹੁੰਦੀਆਂ ਤੇ ਰੱਬ ਰਾਜੇ ਮਹਾਰਾਜਿਆਂ ਦਾ ਹੁੰਦਾ ਉਹ ਤੇ ਕਈਆਂ ਕਈਆਂ ਦੁਨੀਆ ਦੇ ਇਲਾਕਿਆਂ ਦੇ ਉੱਤੇ ਇੱਕੋ ਵਾਰੀ ਰਾਜ ਕਰਕੇ ਇਹ ਸਿਰਫ ਪੀੜਾਂ ਇਕੱਠੀਆਂ ਕਰਨੀਆਂ ਮਾਨਸਿਕ ਤ੍ਰਿਪਤੀ ਹੋ ਸਕਦੀ ਹੈ ਹੋਰ ਕੁਝ ਵੀ ਨਹੀਂ ਹੈ ਔਰ ਇਹੀ ਕੀਤਾ ਜਾ ਰਿਹਾ ਹੈ ਸਾਡੇ ਬਾਬੇ ਦੇ ਪਿੱਛੇ ਕਿੰਨੀ ਢੀੜ ਹੈ ਸਾਡੇ ਬਾਬੇ ਦੇ ਪਿੱਛੇ ਕਿੰਨੀ ਦੁਨੀਆ ਹੈ ਵੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਉਦਣ ਵੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਅਨੰਦਪੁਰ ਸਾਹਿਬ ਦੇ ਵਿੱਚ ਮਹਾਰਾਜ ਦੇ ਅੱਗੇ ਸਮਝ ਲਓ ਲੱਖਾਂ ਦਾ ਇਕੱਠ ਬੈਠਾ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਉਦਣ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਚਮਕੌਰ ਸਾਹਿਬ ਦੇ ਵਿੱਚ ਕੇਵਲ ਤੇ ਕੇਵਲ ਪਾਤਸ਼ਾਹ ਦੇ ਕੁਲ 40 ਜਾਣੇ ਰਹਿ ਜਾਂਦੇ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਦਣ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੀ ਹੈ ਜਿਦਾਂ ਮਾਛੀ ਵੜੇ ਦੇ ਵਿੱਚ ਇਕੱਲੇ ਲੇਟੇ ਹੁੰਦੇ ਨੇ ਮਹਾਰਾਜ ਉਦਣ ਵੀ ਮਹਾਰਾਜ ਜੀ ਪੀੜਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਇਹਨਾਂ ਗੱਲਾਂ ਨੂੰ ਇਹ ਸਿੱਖ ਨੇ ਵੇਖਣਾ ਹੁੰਦਾ ਕਿ ਜੇ ਮੈਂ ਮਹਾਰਾਜ ਦੇ ਨਾਲ ਹਾਂ ਤੇ ਮੈਂ ਕਿਸ ਭਾਵਨਾ ਦੇ ਨਾਲ ਜੁੜਿਆ ਹੋਇਆ ਹਾਂ ਚੀਜ਼ਾਂ ਨਾਲ ਜੁੜਿਆ ਹਾਂ ਚੀਜ਼ਾਂ ਮਿਲ ਜਾਣਗੀਆਂ ਕੀ ਘਾਟਾ ਹੈ ਗੁਰਨਾਨਕ ਦੇ ਘਰ ਦੇ ਵਿੱਚ ਤਾਂ ਕਬੀਰ ਸਾਹਿਬ ਕਹਿੰਦੇ ਨੇ ਜਦੋਂ ਲੋਕਾਂ ਨੂੰ ਇਹ ਗੱਲ ਦੱਸੋਗੇ ਨਾ ਕਿ ਤੁਸੀਂ ਰਸਮੀ ਤੌਰ ਦੇ ਉੱਤੇ ਹੀ ਧਰਮ ਨੂੰ ਨਿਭਾਈ ਜਾਂਦੇ ਜੇ ਜ਼ੋਰ ਲਗਾਈ ਜਾਂਦੇ ਜੇ ਬਣਦਾ ਤੇ ਕੱਖ ਹੈ ਨਹੀਂ ਤੁਹਾਡਾ ਤੋ ਕਹਿੰਦੇ ਲੋਕ ਇਹ ਥੋੜਾ ਮੰਨ ਜਾਂਦੇ ਨੇ ਵੀ ਨਹੀਂ ਠੀਕ ਐ ਅਸੀਂ ਹਟਾਂਗੇ ਲੋਕੀ ਉਹਨੂੰ ਹੋਰ ਜ਼ੋਰ ਦੇ ਨਾਲ ਕਰਦੇ ਨੇ ਕਹਿੰਦੇ ਨਹੀਂ ਥੋੜਾ ਜਿਹਾ ਸ਼ਾਇਦ ਕਿਤੇ ਕਮੀ ਰਹਿ ਗਈ ਹੋਵੇਗੀ ਅਸਾਂ ਹੋਰ ਜ਼ੋਰ ਦੇ ਨਾਲ ਕਰਕੇ ਵੇਖਣਾ ਮਨ ਮੰਨੇ ਲੋਕ ਨਾ ਪਤੀਜੇ ਤੇ ਜਿਹੜੀ ਚੀਜ਼ ਨੂੰ ਮੇਰਾ ਮਨ ਮੰਨ ਗਿਆ ਹੈ ਨਾ ਕਿ ਭਗਤੀ ਦਾ ਸੰਬੰਧ ਮਨ ਦੇ ਨਾਲ ਹੈ ਲੋਕਾਂ ਲੋਕਾਂ ਨੂੰ ਕੀ ਲੱਗੇ ਕਹਿੰਦੇ ਲੋਕੀ ਨਹੀਂ ਮੰਨਦੇ ਇਸ ਗੱਲ ਨੂੰ ਕਹ ਕਬੀਰ ਅਬ ਜਾਣਿਆ ਜਬ ਜਾਣਿਆ ਤੋ ਮਨ ਮੰਨਿਆ ਜਾਣਣ ਤੋਂ ਬਾਅਦ ਹੀ ਤੇ ਮਨ ਮੰਨਿਆ ਜਾਵੇਗਾ ਜਾਣਿਆ ਹੀ ਨਹੀਂ ਤੇ ਮਨ ਮੰਨੇਗਾ ਕੀ ਉਹਨੂੰ ਮਨ ਮੰਨੇ ਲੋਕ ਨਾ ਪਤੀਜੇ ਤੁਸੀਂ ਸਮਝਾਓ ਹਾਂ ਲੋਕਾਂ ਨੂੰ ਵੀ ਆ ਰਸਤਾ ਨਹੀਂ ਹੈ ਔਰ ਸਾਡੇ ਦੇਸ਼ ਦੇ ਵਿੱਚ ਤੇ ਨਾਸਤਿਕ ਬੰਦੇ ਵੀ ਧਾਰਮਿਕ ਨੇ ਇਸ ਪਾਸੇ ਤੋਂ ਰੱਬ ਦੇ ਬਾਰੇ ਸਾਰੇ ਹੀ ਮਤ ਦੇ ਦੇਣਗੇ ਪਰ ਜੇ ਉਹਨਾਂ ਨੂੰ ਕਹੋ ਵੀ ਆਪਣੇ ਮਨ ਦੇ ਪੱਧਰ ਦੇ ਉੱਤੇ ਇਹਨੂੰ ਮੰਨ ਕੇ ਵੇਖੋ ਲੋਗ ਨਾ ਪਤੀਜੇ ਨਹੀਂ ਪਤੀਜਦੇ ਉਹ ਨਹੀਂ ਸੰਤੁਸ਼ਟ ਇਸ ਗੱਲ ਤੋਂ ਉਹਨਾਂ ਨੂੰ ਪਤਾ ਹੈ ਕਿ ਕੱਖ ਨਹੀਂ ਬਣਦਾ ਪਿਆ ਪਰ ਇਹ ਨਹੀਂ ਕਿ ਹਟ ਜਾਣਗੇ ਉਹ ਸਗੋਂ ਹੋਰ ਜ਼ੋਰ ਦੇ ਨਾਲ ਕਰਨਗੇ ਕਿ ਕਿਉਂ ਨਹੀਂ ਮੈਂ ਤੇ ਕਰਕੇ ਇਦਾਂ ਹੀ ਕਰਕੇ ਰੱਖਾਂਗਾ ਉਹ ਜਿੱਦਾਂ ਹੀ ਗੱਲ ਹੈ ਪਾਣੀ ਦੇ ਵਿੱਚ ਮਧਾਣੀ ਪਾ ਕੇ ਤੇ ਕੋਈ ਕਹੇ ਦੇਵੇ ਭਾਈ ਕੱਖ ਨਹੀਂ ਨਿਕਲਣਾ ਇਹਦੇ ਵਿੱਚੋਂ ਉਹ ਕਹਿੰਦਾ ਨਿਕਲਣਾ ਕਿਉਂ ਨਹੀਂ ਮੈਂ ਹੋਰ ਜ਼ੋਰ ਦੀ ਮਧਾਣੀ ਕਮਾਉਣਾ ਉਹ ਕਮਾਈ ਜਾਵੇ ਫਿਰ ਮਨਮਾਨੇ ਲੋਗ ਨਾ ਪਤੀਜੇ ਤੋ ਕਬੀਰ ਸਾਹਿਬ ਦਾ ਇੱਕ ਬੜਾ ਵਧੀਆ ਸਿਸਟਮ ਹੈ ਜ਼ਿੰਦਗੀ ਦੇ ਵਿੱਚ ਵੈਸੇ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਇਦਾਂ ਹੀ ਕਹਿੰਦੇ ਨੇ ਉਹ ਕਬੀਰ ਸਾਹਿਬ ਦੀ ਬੇਪਰਵਾਹੀ ਇਸ ਪਾਸੇ ਤੋਂ ਜ਼ਿਆਦਾ ਉਹ ਕਹਿੰਦੇ ਹੁੰਦੇ ਨੇ ਮੇਰਾ ਕੰਮ ਇੱਕ ਅੱਧੀ ਵਾਰ ਕਹਿਣਾ ਹੁੰਦਾ ਮੈਂ ਕਹਿ ਦਿੰਦਾ ਹੈ ਬੁਰੀ ਲੱਗ ਗਈ ਹੈ ਹੌਲੀ ਹੌਲੀ ਸਮਝ ਆ ਜਾਵੇਗੀ ਨਹੀਂ ਬੁਰੀ ਲੱਗੀ ਤੁਹਾਡੇ ਮਨ ਨੇ ਰਿਜੈਕਟ ਹੀ ਕਰ ਦਿੱਤੀ ਗੱਲ ਵੀ ਨਹੀਂ ਇਹ ਤੇ ਹੈ ਹੀ ਨਹੀਂ ਕਹਿੰਦੇ ਨਾ ਮੰਨੋ ਤੁਹਾਡੀ ਮਰਜ਼ੀ ਹੈ ਮੈਂ ਕਦੋਂ ਕਹਿ ਰਿਹਾ ਹਾਂ ਕਿ ਤੁਸੀਂ ਮੰਨੋਗੇ ਤੇ ਮੇਰਾ ਪਾਰ ਉਤਾਰਾ ਤਾਂ ਹੋਣਾ ਮੇਰਾ ਮਨ ਮੰਨ ਗਿਆ ਹੈ ਤੁਹਾਡਾ ਨਹੀਂ ਮੰਨਦਾ ਜਦੋਂ ਮੰਨ ਜਾਵੇਗਾ ਤੁਸੀਂ ਵੀ ਸਹੀ ਹੋ ਜਾਵੋਗੇ ਅਜੇ ਨਹੀਂ ਮੰਨਦਾ ਤੇ ਨਾ ਮੰਨੇ ਮੈਂ ਕਿਹੜਾ ਕਹਿ ਰਿਹਾ ਵੀ ਧੱਗੇ ਨਾਲ ਮਨਾ ਕੇ ਤੁਹਾਨੂੰ ਉਠਾਉਣਾ ਹੈ ਮਹਾਰਾਜ ਗੁਰੂ ਨਾਨਕ ਸਾਹਿਬ ਹੀ ਇਸੇ ਪਾਸੇ ਤੋਂ ਨੇ ਮਨ ਮੰਨਣੇ ਲੋਕ ਨਾ ਪਤੀਜਾ ਨਾ ਪਤੀਜਾ ਤੋਂ ਕਿਆ ਕੀਜੇ ਭਗਤੀ ਲੋਕਾਂ ਨੂੰ ਸੰਤੁਸ਼ਟ ਕਰਨ ਲਈ ਥੋੜਾ ਕੀਤੀ ਜਾਰੀ ਕਬੀਰ ਸਾਹਿਬ ਕਹਿੰਦੇ ਤੇ ਮੇਰਾ ਮਨ ਮੰਨ ਗਿਆ ਹੈ ਨਹੀਂ ਮੰਨਦਾ ਪਿਆ ਦਸ ਸੁਣਨ ਵਾਲਿਆਂ ਦਾ ਸੁਣਾਉਣ ਵਾਲਿਆਂ ਦਾ ਤੇ ਕੀ ਫਰਕ ਪੈਂਦਾ ਹੈ ਦਿਨ ਨਾਲ ਮੇਰਾ ਮਨ ਕਬੀਰ ਸਾਹਿਬ ਨੂੰ ਨਹੀਂ ਮੰਨਦਾ ਕਬੀਰ ਸਾਹਿਬ ਨੂੰ ਕੀ ਫਰਕ ਪਵੇਗਾ ਕੋਈ ਫਰਕ ਨਹੀਂ ਪੈਂਦਾ। ਇਹੀ ਚੀਜ਼ ਹੈ ਉਹ ਕਦੀ ਵੀ ਮੈਂ ਅਕਸਰ ਬੇਨਤੀ ਕਰਦਾ ਹੁੰਨਾ ਸਾਧੂ ਕਦੀ ਨਹੀਂ ਬਹਿਸਦਾ। ਤਾਂ ਮੰਨਣਾ ਮੰਨੋ ਨਹੀਂ ਮੰਨਣਾ ਨਾ ਮੰਨੋ ਦੋਵੇਂ ਰਸਤੇ ਤੁਹਾਡੇ ਸਾਹਮਣੇ ਖੁੱਲੇ ਪਏ ਨੇ। ਹਾਂ ਜਦੋਂ ਤੱਕ ਤੁਹਾਡੇ ਅਨੁਭਵ ਦੇ ਵਿੱਚ ਨਹੀਂ ਗੱਲ ਆਈ ਤੁਹਾਡਾ ਮੰਨਣਾ ਵੀ ਲੋਕਾਂ ਦੇ ਮੰਨਣ ਦੇ ਉੱਤੇ ਹੋਵੇਗਾ। ਵੀ ਉਹਨੇ ਕਹੇ ਤਾਂ ਮੰਨ ਲਾ ਮੈਂ ਤਾਂ ਮੰਨ ਲਿਆ ਸੀ। ਆਪਣਾ ਅਨੁਭਵ ਕਿੱਥੇ ਹੈ? ਆਪਣੀ ਸਮਝ ਕਿੱਥੇ ਹੈ? ਆਪਣਾ ਲੈਵਲ ਕਿੱਥੇ ਹੈ? ਤੋ ਕਬੀਰ ਸਾਹਿਬ ਕਹਿੰਦੇ ਨੇ ਐਸੀ ਹੋਏ ਪਰਿ ਮਨ ਕੋ ਭਾਵਤ ਕੀਨ ਮੇਰੀ ਭਗਤੀ ਉਧਾਰੀ ਭਗਤੀ ਨਹੀਂ ਹੈ ਮੇਰੀ ਭਗਤੀ ਮੇਰੇ ਨਿੱਜ ਦੀ ਭਗਤੀ ਹੈ ਮੇਰੀ ਭਗਤੀ ਸੁਣੀ ਸੁਣਾਈ ਭਗਤੀ ਨਹੀਂ ਹੈ ਮੇਰੀ ਭਗਤੀ ਮੇਰੇ ਅਨੁਭਵ ਦੀ ਭਗਤੀ ਹੈ ਔਰ ਗੁਰੂ ਬਖਸ਼ਿਸ਼ ਕਰੇ ਚਸ਼ਮੇ ਦਾ ਪਾਣੀ ਥੋੜਾ ਹੋਵੇ ਆਪਣਾ ਹੁੰਦਾ ਹੈ ਟੈਂਕੀ ਦਾ ਪਾਣੀ ਕਿੰਨਾ ਵੀ ਹੋਵੇ ਉਧਾਰਾ ਹੀ ਹੁੰਦਾ ਹੈ ਤੇ ਉਧਾਰੀਆਂ ਚੀਜ਼ਾਂ ਜਦੋਂ ਉਹ ਅਗਲਾ ਮੰਗ ਕੇ ਲੈ ਗਿਆ ਸਾਰਾ ਕੁਝ ਖਾਲੀ ਹੋ ਜਾਣਾ ਉਧਾਰੀ ਭਗਤੀ ਇਦਾਂ ਦੀ ਹੁੰਦੀ ਹੈ ਬਸ ਜੇ ਇੱਕ ਅੱਧਾ ਪਰਸੈਂਟ ਵੀ ਮਾਲਕ ਨੇ ਆਪਣੇ ਚਰਨਾਂ ਦਾ ਪਿਆਰ ਦੇ ਕੇ ਅਨੁਭਵ ਪਾ ਦਿੱਤਾ ਹੈ ਉਹ ਇਹੀ ਇਨਾ ਹੈ ਸਾਰੀ ਜ਼ਿੰਦਗੀ ਦੀ ਸੰਤੁਸ਼ਟੀ ਦੇ ਸਕਦਾ ਲੋਕਾਂ ਦੀਆਂ ਲੱਖਾਂ ਹਜ਼ਾਰਾਂ ਗੱਲਾਂ ਇਕੱਠੀਆਂ ਕਰ ਕਰਕੇ ਮੈਂ ਆਪਣੇ ਦਿਮਾਗ ਦੇ ਵਿੱਚ ਤੁਨ ਤੁਨ ਕੇ ਵੀ ਪਰ ਲਵਾਂ ਨਾ ਉਧਾਰੀਆਂ ਗੱਲਾਂ ਉਧਾਰੀਆਂ ਹੀ ਹੁੰਦੀਆਂ ਨੇ ਉਹ ਚੇਤਾ ਵੀ ਭੁੱਲ ਜਾਣਗੀਆਂ ਉਹ ਯਾਦ ਵੀ ਨਹੀਂ ਰਹਿਣਗੀਆਂ ਉਹ ਦਿਮਾਗ 'ਤੇ ਬੋੜਨ ਵੀ ਪਉਣਗੀਆਂ ਅਨੁਭਵ ਦੀ ਇੱਕ ਗੱਲ ਜਿਹੜੀ ਆ ਨਾ ਉਹ ਜ਼ਿੰਦਗੀ ਬਣਾ ਕੇ ਰੱਖ ਦਿੰਦੀ ਹੈ ਜਿਹਨੂੰ ਮਰਦ ਕਹਿੰਦੇ ਕਿਨਕਾ ਏਕ ਜਿਸ ਜੀਵ ਸਾਬ ਹੈ ਆਪਣਾ ਹੈ ਨਾ ਇਸ ਕਰਕੇ ਸੋਹਣਾ ਲੱਗਦਾ ਹੈ ਬਿਗਾਨਾ ਹੈ ਬਿਗਾਨਾ ਤੇ ਬਿਗਾਨਾ ਹੀ ਹੈ ਮੈਂ ਮੰਨਦਾ ਨਹੀਂ ਇਸ ਗੱਲ ਨੂੰ ਪਰ ਕਬੀਰ ਸਾਹਿਬ ਕਹਿੰਦੇ ਨੇ ਮਨ ਮੰਨੈ ਲੋਗ ਨਾ ਪਤੀਜੈ ਨਾ ਪਤੀਜੈ ਤੋ ਕਿਆ ਕੀਜੈ ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤ ਕੀਨ ਮਨ ਪਾਉਂਦੀ ਭਗਤੀ ਕਰਦਾ ਪਿਆ ਮੈਂ ਦਿਲ ਤੋਂ ਭਗਤੀ ਕਰਦਾ ਪਿਆ ਗੁਰੂ ਬਖਸ਼ ਲਵੇ ਇਹੀ ਬਚਨ ਹੈ ਸਿਰਫ ਇਨ ਭਗਤੀ ਦਿਲ ਤੋਂ ਮਹਾਰਾਜ ਨੇ ਆਖਿਆ ਸੀ ਕਈਆਂ ਨੇ ਆਖਿਆ ਕੀਰਤਨ ਭਗਤੀ ਹੈ ਕਈਆਂ ਨੇ ਆਖਿਆ ਹੈ ਸ਼ਰਵਣ ਦੀ ਭਗਤੀ ਹੈ ਕਈਆਂ ਨੇ ਆਖਿਆ ਹੈ ਹੋਰ ਤਰੀਕੇ ਦੀ ਭਗਤੀ ਹੈ ਗੁਰਨਾਨ ਦੇਵ ਜੀ ਵਿੱਚ ਸਿਰਫ ਪ੍ਰੇਮ ਭਗਤੀ ਹੈ ਜਿੰਨਾ ਪਿਆਰ ਹੈ ਥੋੜਾ ਹੋਵੇ ਪਰ ਹੋਵੇ ਪਿਆਰ ਦਾ ਮੈਂ ਇਸ ਕਰਕੇ ਕਹਿਣਾ ਹੁੰਨਾ ਹਾਂ ਮਹਾਰਾਜ ਨੂੰ ਗਿਣਤੀਆਂ ਕਰਕੇ ਤੁਸੀਂ ਰਜਾਈ ਨਹੀਂ ਸਕਦੇ ਗਿਣਤੀਆਂ ਦੇ ਵਿੱਚ ਤੇ ਸੱਚੇ ਪਾਤਸ਼ਾਹ ਜਦੋਂ ਗਿਣਤੀ ਕਰਦੇ ਨੇ ਫਿਰ ਜੁਗਾਂ ਦੀ ਗੱਲ ਕਰਦੇ ਨੇ ਦਿਨਾਂ ਦੀ ਤੇ ਗੱਲ ਹੀ ਨਹੀਂ ਕਰਦੇ ਤੇ ਸਾਡੇ ਕੋਲ ਤੇ ਹੈ ਹੀ ਦਿਨ ਨਹੀਂ ਸਾਡੇ ਕੋਲ ਤੇ ਯੁਗ ਹੈ ਹੀ ਨਹੀਂ ਨਾ ਉਹ ਗਿਣਤੀਆਂ ਦੇ ਨਾਲ ਰੀਤਦਾ ਹੈ ਉਹਨੇ ਸਿਰਫ ਪਿਆਰ ਵੇਖਣਾ ਹੈ ਕਿ ਪਿਆਰ ਕੀ ਦੇ ਅੰਦਰ ਇੰਨਾ ਹੈ ਉਹਨੂੰ ਕਬੀਰ ਸਾਹਿਬ ਕਹਿੰਦੇ ਨੇ ਮਨ ਕੋ ਭਾਵਤ ਕੀਨ ਮੈਂ ਤੇ ਮਨ ਪੌਂਦੀ ਭਗਤੀ ਕਰਦਾ ਪਿਆ ਹਾਂ ਬੜੀ ਬੇਪਰਵਾਹੀ ਵਾਲੇ ਨੇ ਤੁਹਾਨੂੰ ਸੁਣਨ ਨੂੰ ਵੱਖਰਾ ਲੱਗ ਸਕਦਾ ਹੈ ਪਰ ਮੈਂ ਫਿਰ ਇਹ ਕਹਿਣਾ ਹੁੰਨਾ ਹਾਂ ਜਿੱਦਣ ਦਿਲ ਕਰੇ ਉਦਨ ਕੀਰਤਨ ਸੁਣ ਲਿਆ ਕਰੋ ਜੇ ਦਿਲ ਕਰੇ ਉਦਨ ਪਾਠ ਕਰ ਲਿਆ ਕਰੋ ਰੂਟੀਨ ਪਰਸਨਲ ਹੈ ਨਿਤਨੇਮ ਕਰਨਾ ਜ਼ਰੂਰੀ ਹੈ ਇਚ ਕੋਈ ਸ਼ੱਕ ਨਹੀਂ ਪਰ ਹੋਰ ਬਾਣੀਆਂ ਪੜਦਾ ਹੈ ਜਦੋਂ ਬੰਦਾ ਉਹਦੇ ਮਨ ਦਾ ਇੱਕ ਟੇਸਟ ਚੇਂਜ ਹੁੰਦਾ ਵੀ ਅੱਜ ਮੈਂ ਕਬੀਰ ਸਾਹਿਬ ਦੇ ਸ਼ਲੋਕ ਪੜ ਕੇ ਵੇਖ ਲਵਾਂ ਅੱਜ ਮੈਂ ਫਰੀਦ ਸਾਹਿਬ ਦੇ ਸ਼ਲੋਕ ਪੜ ਕੇ ਵੇਖ ਲਵਾਂ ਸਾਰੇ ਨਹੀਂ ਪੜ ਸਕਦਾ ਅੱਧੇ ਪੜ ਕੇ ਵੇਖ ਲਵਾਂ ਸੁਖਨੀ ਸਾਹਿਬ ਪੜਨਾ ਹੈ ਵਧੀਆ ਗੱਲ ਹੈ ਮਹਾਰਾਜ ਕਿਰਪਾ ਕਰੇ ਪਰ ਅੱਜ ਮੈਂ ਜੇ ਨਹੀਂ ਕਰਦਾ ਪਿਆ ਨਹੀਂ ਕਰਨ ਦਾ ਮਤਲਬ ਇਹ ਨਹੀਂ ਵੀ ਮੇਰਾ ਜੀ ਨਹੀਂ ਕਰਦਾ ਪਿਆ ਨਹੀਂ ਕਰਨ ਦਾ ਮਤਲਬ ਇਹ ਹੈ ਵੀ ਇਹਦੀ ਥਾਂ ਦੇ ਉੱਤੇ ਅੱਜ ਮੈਂ ਆਸਾ ਦੀ ਵਾਰ ਵੀ ਪੜ ਕੇ ਵੇਖ ਲਵਾਂ ਇਹਦੀ ਥਾਂ ਤੇ ਅੱਜ ਮੈਂ ਸਰੰਗੀ ਵਾਰ ਵੀ ਪੜ ਕੇ ਵੇਖ ਲਵਾਂ ਇਹਦੀ ਥਾਂ ਤੇ ਮੈਂ ਮਲਾਰਕੀ ਵਾਰ ਵੀ ਪੜ ਕੇ ਵੇਖ ਲਵਾਂ ਕਿਤੇ ਹੈ ਤੇ ਬਾਣੀ ਪੜਨੀ ਹੀ ਹੈ ਪਰ ਉਹ ਜਿਹੜਾ ਟੇਸਟ ਹੁੰਦਾ ਨਾ ਉਹ ਨਵੇਂ ਤਰੀਕੇ ਦਾ ਹੁੰਦਾ ਸਾਡੇ ਜੀਵਨ ਦੇ ਵਿੱਚ ਉਹਨੂੰ ਕਹਿੰਦੇ ਨੇ ਮਨ ਪਾਉਂਦੀ ਪਗਤੀ ਇੱਕ ਸਾਡਾ ਪੰਥ ਦਾ ਵਿਦਾਨ ਹੈ ਵੀ ਪਾਈਆ ਬਾਣੀ ਤੁਸੀਂ ਪੜਨੀ ਹੈ ਪਰ ਇੱਕ ਕਹਿ ਦੇਵਾਂ ਕੋਈ ਕੀਰਤਨ ਕਰੇਗਾ ਆਪਣੀ ਮਰਜ਼ੀ ਦਾ ਹੀ ਕਰੇਗਾ ਰਾਗੀ ਸਿੰਘ ਕੀਰਤਨ ਕਰਨ ਬੈਠੇ ਨੇ ਨਹੀਂ ਕਿਸੇ ਨੇ ਆਖਿਆ ਵੀ ਆਹ ਸ਼ਬਦ ਪੜੋ ਉਹਨਾਂ ਤੋਂ ਉਹ ਪੜਦੇ ਨੇ ਜੋ ਉਹਨਾਂ ਮਨ ਦੇ ਵਿੱਚ ਆਏ ਤੇ ਜੇ ਤੁਸੀਂ ਕੀਰਤਨ ਕਰਨ ਬੈਠੋਗੇ ਤੁਸੀਂ ਵੀ ਤੇ ਉਹ ਪੜੋਗੇ ਜੋ ਤੁਹਾਡੇ ਮਨ ਦੇ ਵਿੱਚ ਆਏ ਔਰ ਹਰ ਇੱਕ ਬੰਦੇ ਦੇ ਆਪਣੇ ਮਨ ਦੀ ਸਟੇਜ ਹੁੰਦੀ ਹੈ ਜਿੰਨਾ ਤੱਕ ਮੈਨੂੰ ਲੱਗਦਾ ਹੈ ਸ਼ਬਦ ਗੁਰਬਾਣੀ ਦੇ ਵਿੱਚ ਇਦਾਂ ਕਹਿ ਲਓ ਜ਼ੀਰੋ ਤੋਂ ਲੈ ਕੇ ਉਹ ਸਿਖਰ ਤੱਕ ਦੇ ਨੇ ਹਰ ਬੰਦੇ ਦਾ ਲੈਵਲ ਹੁੰਦਾ ਵੀ ਉਹਨੂੰ ਕਿਹੜੇ ਤਰੀਕੇ ਦੇ ਸ਼ਬਦ ਬੜੇ ਨੇੜੇ ਲੱਗਦੇ ਨੇ ਵੀ ਆਹ ਸ਼ਬਦ ਪੜਿਆ ਜਾ ਰਿਹਾ ਸੀ ਮੈਨੂੰ ਵਧੀਆ ਲੱਗਾ ਵਧੀਆ ਦਾ ਮਤਲਬ ਇਹ ਨਹੀਂ ਵੀ ਬਾਕੀਆਂ ਦੇ ਨਾਲੋਂ ਵਧੀਆ ਸੀ ਵਧੀਆ ਦਾ ਮਤਲਬ ਸਿਰਫ ਇਹਨਾ ਸੀ ਜਿਹੜੀ ਗੱਲ ਸਾਡੇ ਨਾਲ ਰਿਲੇਟ ਹੋ ਜਾਂਦੀ ਹੈ ਉਹ ਸਾਨੂੰ ਸਮਝ ਵੀ ਚੰਗੀ ਲੱਗਦੀ ਹੈ ਉਸ ਜਿਹੜੀ ਗੱਲ ਸਾਡੀ ਭਾਵਨਾ ਦੇ ਪੱਧਰ ਦੇ ਉੱਤੇ ਹੁੰਦੀ ਹੈ ਉਹ ਸਾਨੂੰ ਬਾਣੀ ਵੀ ਚੰਗੀ ਲੱਗਦੀ ਹੈ ਬਾਣੀ ਬਹੁਤ ਸਾਨੂੰ ਸਮਝ ਹੁੰਦੀ ਹੈ ਪਰ ਕੁਝ ਚੀਜ਼ਾਂ ਸਾਡੇ ਜੀਵਨ ਦੇ ਬੜੀਆਂ ਨੇੜੇ ਹੁੰਦੀਆਂ ਨੇ ਉਹ ਜਿਹੜੀਆਂ ਜੀਵਨ ਦੇ ਨੇੜੇ ਹੋਣਗੀਆਂ ਸਾਨੂੰ ਉਹ ਹਮੇਸ਼ਾ ਜਲਦੀ ਸਮਝ ਆਉਣਗੀਆਂ ਕਿਉਂਕਿ ਸਾਡੀ ਗੱਲ ਹੋ ਰਹੀ ਜਿੱਥੇ-ਜਿੱਥੇ ਅਸੀਂ ਬਾਕੀ ਚੀਜ਼ਾਂ ਨੂੰ ਪੜਿਆ ਹੈ ਉਥੇ ਐਸ ਚੀਜ਼ ਦਾ ਧਿਆਨ ਰੱਖ ਕੇ ਕਰਨੀ ਤੇ ਭਗਤੀ ਹੀ ਹੈ ਪਰ ਮਨ ਪਾਉਂਦੀ ਭਗਤੀ ਹੋਵੇ ਮਨ ਕਰਕੇ ਹੋਵੇਗੀ ਇਹਦੇ ਵਿੱਚ ਚਾਹ ਵੀ ਨਹੀਂ ਕਦੀ ਖਤਮ ਹੋਵੇਗਾ ਜਦੋਂ ਮਨ ਕਰਕੇ ਭਗਤੀ ਨਹੀਂ ਨਾ ਹੁੰਦੀ ਉਹ ਦਿਨ ਹੌਲੀ-ਹੌਲੀ ਚਾਹ ਮਰ ਜਾਂਦੇ ਨੇ ਤੇ ਮੈਂ ਅਕਸਰ ਬੇਨਤੀ ਕਰਦਾ ਫਿਰ ਰਹਿ ਹਸਲ ਰਹਿ ਜਾਂਦੀ ਹੈ ਉਹ ਰਹਿ ਹਸਲਾ ਹੀ ਹੋ ਰੀਆਂ ਨੇ ਹੁਣ ਸਾਡੇ ਵਿੱਚ ਕਿ ਬਸ ਔ ਨਾ ਰਹਿ ਜਵੀ ਔ ਨਾ ਰਹਿ ਜਵੀ ਰਹਿ ਹਸਲ ਨਹੀਂ ਛੱਡਣੀ ਤੋਂ ਕਬੀਰ ਸਾਹਿਬ ਕਹਿੰਦੇ ਨੇ ਮਰਨੇ ਤੇ ਕੀ ਡਰਪਨਾ ਜਬ ਹਾਥ ਸਿੰਧੋਰਾ ਲੀਨ ਉਦਾਹਰਣ ਉਹਨਾਂ ਨੇ ਦਿੱਤੀ ਹੈ ਉਸ ਔਰਤ ਦੀ ਜਿਹੜੀ ਸਤੀ ਹੁੰਦੀ ਹੈ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਸਤੀ ਪ੍ਰਥਾ ਦਾ ਵਿਰੋਧ ਹੈ ਆਪਾਂ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਪੜਾਂਗੇ ਤੇ ਹਜ਼ੂਰ ਆਖਦੇ ਨੇ ਸਤੀਆਂ ਇਹ ਨਾ ਆਖੀਆਂ ਜੋ ਮੜਿਆ ਲੱਗ ਦਿਲਨ ਜਿਨ੍ਹਾਂ ਨੂੰ ਉਹਨਾਂ ਦੇ ਪਤੀ ਦੇ ਨਾਲ ਜੂੰਦਿਆਂ ਹੀ ਸਾੜ ਦਿੱਤਾ ਜਾਂਦਾ ਹੈ ਉਹਨਾਂ ਨੂੰ ਸਤਿयां ਨਹੀਂ ਆਖਿਆ ਜਾ ਸਕਦਾ ਇਹ ਗੁਰੂ ਨਾਨਕ ਸਾਹਿਬ ਦੇ ਕਰਦਾ ਨਿਯਮ ਹੈ ਪਰ ਉਹਦਾ ਇੱਕ ਪੋਜੀਟਿਵ ਪਾਸਾ ਲਿਆ ਹੈ ਇੱਥੇ ਕਬੀਰ ਸਾਹਿਬ ਨੇ ਕਹਿੰਦੇ ਜਦੋਂ ਮੇਰਾ ਮਨ ਮੰਨ ਗਿਆ ਹੈ ਭਗਤੀ ਨੂੰ ਫਿਰ ਜਕੋ ਤੱਕ ਕਰਨ ਦੀ ਤੇ ਲੋੜ ਹੀ ਨਹੀਂ ਵੀ ਮੈਂ ਮਨ ਮੰਨ ਵੀ ਗਿਆ ਹੈ ਤਾਂ ਵੀ ਨਹੀਂ ਪਾਠ ਕਰਦਾ ਮਨ ਮੰਨ ਵੀ ਗਿਆ ਹੈ ਮੈਂ ਤਾਂ ਵੀ ਨਹੀਂ ਬੰਦਗੀ ਕਰਦਾ ਤੇ ਫਿਰ ਮਨ ਮੰਨਿਆ ਕਦਾ ਹੈ ਜੇ ਬੰਦਗੀ ਨਹੀਂ ਕਰਦਾ ਮਨਿਆ ਸਿਰਫ ਆਪਣਾ ਹੰਕਾਰ ਹੈ ਵੀ ਕਰਨੀ ਚਾਹੀਦੀ ਹੈ ਪਰ ਕਰਦਾ ਨਹੀਂ ਹੈ ਮਨ ਮੰਨ ਜਾਵੇ ਤੇ ਕਰਦਾ ਕਿਉਂ ਨਹੀਂ ਉਸ ਗੱਲ ਨੂੰ ਜਿਹੜੀ ਗੱਲ ਨੂੰ ਮਨ ਮੰਨ ਜਾਂਦਾ ਹੈ ਹਟਾਉਣਾ ਪੈਂਦਾ ਵੀ ਹਟ ਜਾ ਕਰ ਤੇ ਆਪਣੇ ਆਪ ਹੀ ਲੈਂਦਾ ਹੈ ਅਜੇ ਮਨ ਉਤੋਂ ਤੋਂ ਕਹਿੰਦਾ ਹੈ ਕਿ ਮੇਰਾ ਮਨ ਪਾਠ ਨੂੰ ਮੰਨ ਗਿਆ ਹੈ ਕਰਦਾ ਨਹੀਂ ਹੈ ਮਨ ਪਾਠ ਕਰਦਾ ਹੈ ਤੇ ਵਾ ਭਲੀ ਗੱਲ ਹੈ ਜਿਨ੍ਹਾਂ ਦੀ ਲੈਵਲ ਅੱਗੇ ਚਲੇ ਗਏ ਉਹਦੇ ਵਿੱਚ ਉਹਨਾਂ ਨੇ ਉਦਾਹਰਣ ਦਿੱਤੀ ਹੈ ਭਾਈ ਕਾਨ ਸਿੰਘ ਨਾਭਾ ਨੇ ਸਿੰਧੋੜਾ ਦਾ ਅਰਥ ਵੈਸੇ ਇਹ ਦਿੱਤੇ ਨੇ ਕਹਿੰਦੇ ਜਿਸ ਔਰਤ ਦਾ ਪਤੀ ਚੜਾਈ ਕਰ ਜਾਵੇ ਜਿੱਥੇ ਸਤੀ ਪ੍ਰਥਾ ਚੱਲਦੀ ਸੀ ਹੁਣ ਤੇ ਕਾਨੂੰਨਨ ਤੌਰ ਦੇਤੇ ਬੰਦ ਹੋ ਗਈ ਜਿੱਥੇ ਚੱਲਦੀ ਸੀ ਉਸ ਜਿਹੜੀ ਔਰਤ ਨੇ ਆਪਣੇ ਪਤੀ ਦੇ ਨਾਲ ਸਤੀ ਹੋਣਾ ਹੁੰਦਾ ਸੀ ਉਹਦੇ ਹੱਥ ਦੇ ਵਿੱਚ ਇੱਕ ਥਾਲ ਰੱਖ ਕੇ ਉਹਦੇ ਵਿੱਚ ਨਾਰੀਅਲ ਰੱਖ ਕੇ ਚੌਲ ਰੱਖ ਕੇ ਕੁਝ ਹੋਰ ਚੀਜ਼ਾਂ ਰੱਖ ਕੇ ਤੇ ਉਹਨੂੰ ਤੋੜਿਆ ਜਾਂਦਾ ਸੀ ਇੱਕ ਖਾਸ ਥਾਂ ਦੇ ਉੱਤੇ ਆ ਕੇ ਤੇ ਉਹ ਜਿਹੜੀਆਂ ਚੀਜ਼ਾਂ ਥਾਲੀ ਦੇ ਵਿੱਚ ਪਈਆਂ ਹੁੰਦੀਆਂ ਸੀ ਨਾਲ ਆਉਣ ਵਾਲੇ ਬੰਦਿਆਂ ਦੇ ਉੱਤੇ ਉਹ ਸੁੱਟਦੀ ਹੁੰਦੀ ਸੀ ਉਹਨਾਂ ਨੂੰ ਅਸੀਸਾਂ ਦਿੰਦੀ ਹੁੰਦੀ ਸੀ ਅਜੇ ਵੀ ਤੁਸੀਂ ਵੇਖੋਗੇ ਕਈਆਂ ਥਾਵਾਂ ਦੇ ਉੱਤੇ ਬਾੜ ਸਤੀ ਦੇਵੀ ਦੀਆਂ ਮੂਰਤਾਂ ਬਣੀਆਂ ਨੇ ਜਾਂ ਉਹਨਾਂ ਦੇ ਅਸਥਾਨ ਬਣੇ ਨੇ ਉਹ ਇਹਨਾਂ ਚੀਜ਼ਾਂ ਤੋਂ ਬਣੇ ਨੇ ਉਹ ਕਿਤੇ ਉਹਨਾਂ ਦੀ ਕੁਲ ਦੇ ਵਿੱਚ ਉਹ ਬੀਬੀ ਕਿਤੇ ਉਹਨਾਂ ਦੇ ਨਾਲ ਇਦਾਂ ਹੋਇਆ ਹੋਵੇਗਾ ਉਹਨੂੰ ਸਤੀ ਕੀਤਾ ਗਿਆ ਹੋਵੇਗਾ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਰਸਮ ਪ੍ਰਵਾਨ ਨਹੀਂ ਹੁਣ ਕਾਨੂੰਨਨ ਤੌਰ ਦੇ ਉੱਤੇ ਵੀ ਬੰਦ ਹੈ ਪਰ ਜਿਹੜਾ ਪਾਸਾ ਲਿਆ ਹੈ ਕਬੀਰ ਸਾਹਿਬ ਨੇ ਉਹ ਕਹਿੰਦੇ ਜਿਵੇਂ ਜਿਹੜੀ ਸਤੀ ਹੈ ਜਦੋਂ ਉਹ ਤੁਰ ਪੈਂਦੀ ਹੈ ਨਾ ਫਿਰ ਇਹ ਨਹੀਂ ਵੇਖਦੀ ਕਿ ਇਸ ਰਸਤੇ ਦੇ ਉੱਤੇ ਤੁਰਿਆਂ ਮੇਰੀ ਆਪਣੀ ਜ਼ਿੰਦਗੀ ਖਤਮ ਹੋ ਜਾਣੀ ਹੈ ਕਿਤੇ ਸੌਖਾ ਕੰਮ ਪਿਆ ਹੈ ਤੇ ਆਪਣੇ ਆਪ ਨੂੰ ਜਿਉਂਦਿਆਂ ਅੱਗ ਦੇ ਵਿੱਚ ਸਾੜ ਲੈਣਾ ਉਹ ਚਲੋ ਧੱਕੇ ਦੇ ਨਾਲ ਵੀ ਕਈਆਂ ਦੇ ਨਾਲ ਕਰ ਦਿੱਤਾ ਜਾਂਦਾ ਹੋਵੇਗਾ ਕਈਆਂ ਦੇ ਵਿੱਚ ਤੇ ਜਦੋਂ ਰਸਮ ਹੀ ਬਣ ਗਈ ਤੇ ਫਿਰ ਤੇ ਧੱਕੇ ਨਾਲ ਵੀ ਕਰਵਾ ਦੇਣਾ ਨਾ ਵੀ ਕਰੋ ਹੀ ਕਰੋ ਪਰ ਹੋ ਸਕਦਾ ਹੈ ਸਮਾਜ ਦੀ ਸਿੱਖਿਆ ਦੇ ਅਨਸਾਰ ਕਈਆਂ ਦੇ ਮਨ ਦੇ ਵਿੱਚ ਇੱਛਾ ਵੀ ਪੈਦਾ ਹੋ ਜਾਂਦੀ ਹੋਵੇ ਕਿ ਮੈਂ ਕਰਨਾ ਹੈ। ਔਰ ਵਿਚਾਰਵਾਨ ਤੇ ਕਹਿੰਦੇ ਨੇ ਇਸਤਰੀ ਨੂੰ ਪੁੱਛਿਆ ਵੀ ਜਾਂਦਾ ਸੀ ਵੀ ਤੇਰੀ ਇੱਛਾ ਹੈ ਤੂੰ ਆਪਣੀ ਮਰਜ਼ੀ ਦੇ ਨਾਲ ਸਤੀ ਹੋਣਾ ਚਾਹੁੰਦੀ ਹੈ। ਤੋ ਕਹਿੰਦੇ ਵੀ ਉਹ ਕਹਿੰਦੀ ਹੁੰਦੀ ਸੀ ਵੀ ਹਾਂ ਠੀਕ ਹੈ ਮੈਂ ਆਪਣੀ ਮਰਜ਼ੀ ਦੇ ਨਾਲ ਆਪਣੀ ਮਰਜ਼ੀ ਦੇ ਨਾਲ ਮੈਂ ਇਸ ਰਸਤੇ ਦੇ ਉੱਤੇ ਤੁਰਦੀ ਪਈ ਹਾਂ। ਤੇ ਜੋ ਮਰਜ਼ੀ ਦੇ ਨਾਲ ਤੁਰਿਆ ਹੈ ਉਹਨੂੰ ਫਿਰ ਰੋਕਿਆ ਨਹੀਂ ਸੀ ਜਾਂਦਾ। ਪਰ ਫੇਰ ਦੁਹਰਾ ਰਹੇ ਹਾਂ ਇਹ ਨਹੀਂ ਕਿ ਇਸ ਰਸਮ ਨੂੰ ਮਹਾਰਾਜ ਨੇ ਪ੍ਰਵਾਨ ਕੀਤਾ ਹੈ ਇਸ ਮਹਾਰਾਜ ਨੂੰ ਇਹ ਰਸਮ ਨੂੰ ਮਹਾਰਾਜ ਨੇ ਬੰਦ ਕੀਤਾ ਹੈ ਪਰ ਸੱਚੇ ਪਾਤਸ਼ਾਹ ਨੇ ਆਖਿਆ ਜਿੱਦਾਂ ਉਹ ਤੁਰ ਪੈਂਦੀ ਹੈ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਜਿੱਦਾਂ ਉਹ ਤੁਰ ਪੈਂਦੀ ਹੈ ਬੇਪਰਵਾਹੀ ਦੇ ਵਿੱਚ ਜਿੱਦਾਂ ਉਹ ਤੁਰ ਪੈਂਦੀ ਹੈ ਕਿ ਕੋਈ ਫਰਕ ਨਹੀਂ ਪੈਂਦਾ ਮੇਰੀ ਜੀਵ ਜ਼ਿੰਦਗੀ ਖਤਮ ਹੋ ਜਾਣੀ ਹੈ ਕਬੀਰ ਸਾਹਿਬ ਕਹਿੰਦੇ ਨੇ ਜਿੱਦਾਂ ਉਹਨੂੰ ਮਰਨ ਦਾ ਡਰ ਨਹੀਂ ਹੁੰਦਾ ਮੈਂ ਆਪਣੇ ਮਨ ਦੀ ਇੱਛਾ ਦੇ ਨਾਲ ਭਗਤੀ ਦੇ ਉੱਤੇ ਚੱਲਦਾ ਪਿਆ ਹਾਂ ਮੈਨੂੰ ਇਸ ਗੱਲ ਦਾ ਕੋਈ ਡਰ ਨਹੀਂ ਤੇ ਨਾ ਮੈਨੂੰ ਇਸ ਗੱਲ ਦਾ ਵਹਿਮ ਹੈ ਕਿ ਜੇ ਮੈਂ ਇਸ ਰਸਤੇ ਦੇ ਉੱਤੇ ਤੁਰਿਆ ਹਾਂ ਤੇ ਮੇਰਾ ਫਾਇਦਾ ਹੋਵੇਗਾ ਜਾਂ ਮੇਰਾ ਨੁਕਸਾਨ ਹੋਵੇਗਾ ਮੈਂ ਮਨ ਦੇ ਭਾਵਨਾ ਦੇ ਉੱਤੇ ਤੁਰਦਾ ਪਿਆ ਮਰਨੇ ਤੇ ਕੀ ਡਰਪਨਾ ਜਦ ਹੱਥ ਸਿੰਧੋਰਾ ਲੀਨ ਜਦੋਂ ਹੱਥ ਦੇ ਵਿੱਚ ਸੰਧੂਰਿਆ ਹੋਇਆ ਨਾਰੀਅਲ ਫੜ ਹੀ ਲਿਆ ਹੈ ਤੇ ਫਿਰ ਵਾਪਸ ਆਉਣ ਦਾ ਤੇ ਸੁਭਾ ਹੀ ਨਹੀਂ ਜਿਹਨੂੰ ਕਬੀਰ ਸਾਹਿਬ ਕਹਿੰਦੇ ਮਨ ਰੇ ਛਾਡੋ ਪਰਮ ਪ੍ਰਗਟ ਹੋਏ ਨਾਚੋ ਆ ਮਾਇਆ ਕੇ ਡਾਂਡੇ ਸੂਰ ਕੇ ਸਨਮੁਖ ਰੰਤੇ ਡਰਪੈ ਸਤੀ ਕੇ ਸਾਂਚੇ ਭਾਂਡੇ ਉਹ ਸੂਰਮਾ ਕਾਦਾ ਹੋਇਆ ਜਿਹੜਾ ਜੰਗ ਦੇ ਮੈਦਾਨ ਨੂੰ ਵੇਖ ਕੇ ਤੇ ਪਿੱਛੇ ਤੁਰਦਾ ਪਿਆ ਹੈ ਉਹ ਸਤੀ ਕਾਦੀ ਹੋਈ ਜਿਹਦੇ ਬਾਰੇ ਇਹ ਪਤਾ ਹੈ ਵੀ ਇਹਨੇ ਸਤੀ ਹੋਣਾ ਤੇ ਘਰ ਦੇ ਭਾਂਡੇ ਸਾਹਮਣੇ ਫਿਰੇ ਉਹ ਤੁਰ ਪਏ ਨੇ ਨਾ ਇਸ ਪਾਸੇ ਨੂੰ ਰਣ ਰੂਤੋਂ ਭਾਜੇ ਨਹੀਂ ਸੂਰੋ ਥਾਰੋ ਨਾਮ ਪਤਾ ਹੈ ਵੀ ਇਸ ਪਾਸੇ ਜਾਣਾ ਹੈ ਮਨ ਕਈ ਵੀ ਜਾਂਦਾ ਹੈ ਪਾਠ ਕਰਨਾ ਚਾਹੀਦਾ ਹੈ ਫੇਰ ਨਹੀਂ ਕਰਦਾ ਮਨ ਕਈ ਵੀ ਜਾਂਦਾ ਸੇਵਾ ਕਰਨੀ ਹੈ ਫਿਰ ਨਹੀਂ ਕਰਦਾ ਮਨ ਕਈ ਵੀ ਜਾਂਦਾ ਹੈ ਭਗਤੀ ਕਰਨੀ ਚਾਹੀਦੀ ਹੈ ਫਿਰ ਨਹੀਂ ਕਰਦਾ ਇਹ ਤੇ ਏਦਾਂ ਦੀ ਗੱਲ ਹੈ ਕਬੀਰ ਸਾਹਿਬ ਕਹਿੰਦੇ ਨੇ ਅਜੇ ਮਨ ਨੇ ਮੰਨਿਆ ਹੀ ਨਹੀਂ ਹੈ ਮੈਂ ਮਨ ਦੀ ਭਾਵਨਾ ਜੋ ਮੇਰੇ ਮਨ ਨੂੰ ਪਾ ਗਿਆ ਹੈ ਮੈਂ ਉਹ ਭਗਤੀ ਕਰਦਾ ਪਿਆ ਹਾਂ ਗੁਰੂ ਬਖਸ਼ ਲਵੇ ਇਹ ਜਿਹੜਾ ਸ਼ਬਦ ਹੈ ਕਬੀਰ ਐਸੀ ਹੋਏ ਪਰੀ ਇਹੋ ਜੀ ਮੇਰੇ ਮਨ ਦੀ ਹਾਲਤ ਹੋ ਗਈ ਹੈ ਮਨ ਕੋ ਭਾਵਤਕੀਨ ਮੈਂ ਮਨ ਨੂੰ ਜੋ ਚੰਗਾ ਲੱਗਦਾ ਪਿਆ ਹੈ ਉਹ ਭਗਤੀ ਕਰਦਾ ਪਿਆ ਹਾਂ ਭਾਵ ਪਗਤੀ ਮੇਰੀ ਉਧਾਰੀ ਨਹੀਂ ਹੈ ਮੇਰੇ ਮਨ ਤੋਂ ਨਿਕਲਦੀ ਪਈ ਹੈ ਪਗਤੀ ਮੇਰੇ ਦਿਲ ਦੇੋਂ ਪਗਤੀ ਹੋ ਰਹੀ ਹੈ ਮਰਨੇ ਤੇ ਕੀ ਡਰਪਣਾ ਹੁਣ ਮਰਨ ਤੋਂ ਕਾਦਾ ਡਰ ਹੈ ਜਦ ਹੱਥ ਸਿੰਧੋਰਾ ਲੀਨ ਜਿਵੇਂ ਸਤੀ ਹੋਣ ਵਾਲੀ ਇਸਤਰੀ ਤਿਆਰ ਹੋ ਜਾਂਦੀ ਹੈ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਮੈਂ ਅਕਾਲ ਪੁਰਖ ਵਹਿਗੁਰੂ ਦੇ ਰਸਤੇ ਦੇ ਉੱਤੇ ਤਰਿਆ ਹਾਂ ਮੈਨੂੰ ਪਤਾ ਹੈ ਲੋਕਾਂ ਨੇ ਮਜ਼ਾਕ ਵੀ ਕਰਨੇ ਨੇ ਉਹਨਾਂ ਨੂੰ ਕੀਤੇ ਵੀ ਨਹੀਂ ਸੀ ਸ਼ਲੋਕਾਂ 'ਚ ਵਿਚਾਰਦੇ ਹਾਂ ਮੈਨੂੰ ਪਤਾ ਹੈ ਹੋ ਸਕਦਾ ਮੇਰੇ ਪਿੱਛੇ ਬਾਦ ਦੇ ਵਿੱਚ ਜਾਣ ਵਾਲਾ ਕੋਈ ਵੀ ਨਾ ਹੋਵੇ ਔਰ ਇਦਾਂ ਹੀ ਹੁੰਦਾ ਰਿਹਾ ਕਬੀਰ ਸਾਹਿਬ ਕਹਿੰਦੇ ਕਦੀ ਕਦੀ ਤੇ ਮੇਰੀ ਜ਼ਿੰਦਗੀ ਚ ਉਹ ਦਿਨ ਵੀ ਆਏ ਨੇ ਇੱਕ ਪਾਸੇ ਸਾਰੇ ਲੋਕਾਂ ਦੀ ਭੀੜ ਸੀ ਇੱਕ ਪਾਸੇ ਮੈਂ ਕੱਲਾ ਹੀ ਸੀ ਇੱਕ ਪਾਸੇ ਮੈਂ ਹੀ ਸੀ ਇੱਕ ਅਵਕਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ ਇੱਕ ਪਾਸੇ ਲੋਕੀ ਕਹਿੰਦੇ ਹੁੰਦੇ ਸੀ ਅਸੀਂ ਇਹਦੇ ਨਾਲ ਤੁਰਨਾ ਹੀ ਨਹੀਂ ਤੇ ਇੱਕ ਪਾਸੇ ਸਾਰਿਆਂ ਦੇ ਸਾਰਿਆਂ ਦੀ ਭੀੜ ਸੀ ਤੇ ਅਕਸਰ ਮਨੁੱਖਤਾ ਦਾ ਸੁਭਾਅ ਹੈ ਜਿੱਧਰ ਜ਼ਿਆਦਾ ਹੋਣ ਉਹਨੂੰ ਲੱਗਣਾ ਪੈਂਦਾ ਹੈ ਜ਼ਿਆਦਾ ਜਾਣੇ ਨੇ ਸਹੀ ਹੋਣਗੇ ਕਿਨ ਮੈਂ ਤਾਂ ਕੱਲਾ ਹੀ ਸੀ ਔਰ ਉਹਨਾਂ ਨੇ ਇਹ ਸਾਰਾ ਕੁਝ ਜੀਵਨ ਦੇ ਵਿੱਚ ਵੇਖਿਆ ਗੁਰੂ ਬਖਸ਼ ਲਵੇ ਮਨ ਦੀ ਭਾਵਨਾ ਤੋਂ ਅਰਦਾਸ ਵੀ ਕਰੀਏ ਇਹ ਨਾ ਸਮਝਣਾ ਕਿ ਭਗਤੀ ਦਿਲ ਦੀ ਹੈ ਨਹੀਂ ਅ ਦਿਲ ਦੀ ਭਗਤੀ ਹੈ ਤੇ ਆਪਾਂ ਆ ਕੇ ਬੈਠ ਜਾਨੇ ਹਾਂ ਮਾਲਕ ਨੇ ਕੁਝ ਤੇ ਕਿਣਕਾ ਪਾਇਆ ਹੈ ਪਰ ਸੱਚੇ ਪਾਤਸ਼ਾਹ ਇਹਨੂੰ ਪਰਫੁੱਲਿਤ ਕਰੇ ਇਹਨੂੰ ਦਾਤਾਂ ਦੇ ਵਿੱਚ ਲੈ ਕੇ ਆਵੇ ਸਾਰਿਆਂ ਮਾਲਕ ਦੇ ਕੋਲੋਂ ਇਹੀ ਅਰਦਾਸ ਹੈ ਕਿ ਇਹ ਦਿਲ ਤੋਂ ਨਿਕਲੇ ਪਾਠ ਇਹ ਦਿਲ ਤੋਂ ਨਿਕਲੇ ਬੰਦਗੀ ਦਿਲ ਤੋਂ ਥੋੜੀ ਵੀ ਹੋਵੇਗੀ ਨਾ ਉਹ ਵੀ ਪਰਫੁੱਲਿਤ ਹੋ ਜਾਂਦੀ ਹੈ ਦਿਮਾਗ ਤੋਂ ਸਾਰੀ ਸਾਰਾ ਦਿਨ ਘੋਟੇ ਲਾਉਂਦੇ ਰਹੀਏ ਨਾ ਤਾਂ ਵੀ ਕੱਖ ਨਹੀਂ ਬਣਦਾ ਵੀ ਥਕਾਵਟ ਹੀ ਹੁੰਦੀ ਔਰ ਕੁਝ ਨਹੀਂ ਬਣਦਾ ਹੁੰਦਾ ਪਰ ਸਮਝਾਵੇ ਕਿਹੜਾ ਦੁਨੀਆ ਥਕਾਵਟਾਂ ਨੂੰ ਜਾਦਾ ਵਧੀਆ ਮੰਨਦੀ ਆ ਵੀ ਮੈਂ ਵੇਖਿਆ ਰੱਬ ਦੇ ਰਸਤੇ ਤੇ ਨੰਗੇ ਪੈਰੀਂ ਤੁਰਿਆ ਸੀ ਤੇ ਮਹਾਰਜ ਕਹਿੰਦੇ ਕੀ ਹੈ ਪਾਗੋ ਪੈਤਾਣਾ ਆਪਣਾ ਕੀਆ ਕਮਾਣਾ ਤੂੰ ਨੰਗੇ ਪੈਰੀਂ ਤੁਰਿਆ ਕੰਡਾ ਵੀਰ ਤੇਰੇ ਵਜਣਾ ਤੈਨੂੰ ਕਿੰਨੇ ਕਿਹਾ ਵੀ ਕੰਡਾ ਦੂਜੇ ਦੇ ਤੇ ਵਜ ਨਹੀਂ ਜਾਣ ਪਾਲਾ ਨਾ ਜੋੜਾ ਤੈਨੂੰ ਰੋਕਿਆ ਥੋੜਾ ਪਰ ਹੱਠ ਦੀ ਭਗਤੀ ਇਹ ਨਹੀਂ ਹੈ ਮਨ ਦੀ ਹੈ ਗੁਰੂ ਕਿਰਪਾ ਕਰੇ ਜਿਵੇਂ ਵੀ ਪਾਤਸ਼ਾਹ ਜੀ ਦੇ ਬਚਨ ਆਪ ਜੀ ਦੇ ਅੱਗੇ ਰੱਖੇ ਮੇਰੇ ਪਾਸੋਂ ਬੋਲਦਿਆਂ ਹੋਇਆਂ ਪੁੱਲਾਂ ਦੀ ਖਿਮਾ